ਮੇਰਾ ਤਾਂ ਹੱਥ ਹੀ ਬਸ ਜੁੜ ਜਾਂਦੇ ਬਸ ਇਹਦੇ ਉੱਤੇ ਆਈ ਕਾਂਟ ਸੇ ਐਨੀਥਿੰਗ ਮਤਲਬ ਇਹ ਹਸ਼ਰ ਵੇਲੇ ਇੱਦਾਂ ਹੋਇਆ ਸੀ ਔਰ ਬਹੁਤ ਚਲੋ ਹੋਰ ਵੀ ਬਹੁਤ ਫਿਲਮਾਂ ਬਣਾਈਆਂ ਕੀ ਹੁੰਦਾ ਜਦੋਂ ਆਪਾਂ ਕੰਮ ਕਰਦੇ ਹਾਂ ਨਾ ਇਹਦੇ 'ਚ ਇਹ ਫਿਲਮ ਹੈ ਟੀਮ ਵਰਕ ਕਈ ਵਾਰੀ ਟੀਮ ਅੱਛੀ ਬਣਦੀ ਹੈ ਬਟ ਉਹ ਫਿਲਮ ਤੋਂ ਬਾਅਦ ਬਿਖਰ ਜਾਂਦੀ ਹੈ ਤੂੰ ਸਾਡੇ ਨਾਲ ਜ਼ਿੰਦਗੀ 'ਚ ਬਹੁਤ ਵਾਰੀ ਇਸ ਤਰ੍ਹਾਂ ਹੋਇਆ ਅੱਛੀ ਟੀਮ ਬਣਦੀ ਹੈ ਫਿਰ ਕੁਛ ਇਸ ਤਰ੍ਹਾਂ ਦੇ ਮਨ ਮੁਟਾਵ ਆ ਜਾਂਦੇ ਕਿਉਂਕਿ ਹਿਊਮਨ ਬੀਂਗ ਆਪਾਂ ਫਿਰ ਉਹ ਉਸ ਤਰ੍ਹਾਂ ਦਾ ਇੱਕ ਜਿਹੜਾ ਕਹਿੰਦੇ ਹਾਂ ਉਹ ਇੱਕ ਬਾਲ ਨਹੀਂ ਬਣਦੀ ਜਿਹਨੂੰ ਆਪਾਂ ਹਿੱਟ ਕਰਦੇ ਹਾਂ ਪਰ ਜਿਹੜੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਚਲੋ ਫਿਲਮ ਜਦੋਂ ਆਉਂਦੀ ਹੈ ਉਦੋਂ ਪਸੰਦ ਪਤਾ ਲੱਗਦਾ ਕਿ ਚੰਗੀ ਹੈ ਜਾਂ ਮਾੜੀ ਪਰ ਜਿਹੜਾ ਇਹ ਜਿਹੜਾ ਪਿਆਰ ਮਿਲਿਆ ਗੀਤਾਂ ਕਰਕੇ ਮਿਲਿਆ ਇਸ ਪੱਧਰ 'ਤੇ ਤੁਸੀਂ ਸੰਗੀਤ ਨੂੰ ਲੈ ਗਏ ਇਹ ਵੀ ਪਹਿਲੀ ਵਾਰੀ ਹੋਇਆ ਬਈ 2 ਘੰਟੇ 'ਚ ਕੋਈ ਜਿਹੜਾ ਗਾਣਾ ਦੇਖੋ ਵੈਸੇ ਜਿਹੜੀ ਯੂਟਿਊਬ ਆ ਉਹਦੇ 'ਤੇ ਆਪਾਂ ਨਹੀਂ ਅੰਦਾਜ਼ਾ ਲਾ ਸਕਦੇ ਕਿ ਸਹੀ ਦੇਖ ਰਹੇ ਹਾਂ ਗਲਤ ਹੈ ਕਿਉਂਕਿ ਉਹਦੇ 'ਚ ਫਾਲਸ ਕਲਿੱਕਾਂ ਹੁੰਦੀਆਂ ਜਾਂ ਫਿਰ ਐਡ ਲਾ ਕੇ ਵੀ ਉਹਦੇ 'ਚ ਕਲਿੱਕਸ ਹੋ ਜਾਂਦੀਆਂ ਪਰ ਆਈਟਿਊਨ 'ਤੇ ਇਸ ਤਰ੍ਹਾਂ ਨਹੀਂ ਹੁੰਦਾ ਉਹ ਜੈਨੂਅਨ ਹੁੰਦਾ ਅਤੇ ਆਪਾਂ ਮੈਂ ਕਦੇ ਵੀ ਨਹੀਂ ਕਹਿੰਦਾ ਮੈਂ ਆਮ ਤੌਰ 'ਤੇ ਤੁਸੀਂ ਇਹ ਵੀ ਦੇਖਦੇ ਹੋਵੋਗੇ ਕਿ ਜਦੋਂ ਕੋਈ ਕੰਮ ਹਿੱਟ ਹੋ ਜਾਂਦਾ ਬੰਦਾ ਉਹਦੀ ਸ਼ੇਖੀ ਮਾਰਦਾ ਕਿ ਫਿਰ ਮੈਂ ਐਂ ਕਰਿਆ ਮੇਰੇ ਮੂੰਹੋਂ ਤੁਸੀਂ ਇਹ ਮੈਂ ਨਹੀਂ ਸੁਣੋਗੇ ਮੈਂ ਕਹੂੰਗਾ ਤੁਸੀਂ ਕਰਿਆ ਜੇ ਕੈਨੇਡਾ ਕੋਈ ਸਭ ਤੋਂ ਵੱਡੇ ਹਾਲ ਭਰਦੇ ਆ ਸ਼ੋਅ ਲਈ ਉੱਥੇ ਵੀ ਮੈਂ ਇਹੀ ਕਹਿਣਾ ਹੁੰਦਾ ਕਿ ਜੇ ਤੁਸੀਂ ਆ ਤਾਂ ਮੈਂ ਆ ਮੇਰਾ ਕੋਈ ਵਜੂਦ ਨਹੀਂ ਸ਼ਾਇਦ ਇਸ ਕਰਕੇ ਇਸ ਤਰ੍ਹਾਂ ਦੀ ਧਾਰਨਾ ਕਿ ਆਪਾਂ ਸਾਰੇ ਗੁਰਦੁਆਰੇ ਜਾਂਦੇ ਹਾਂ ਉੱਥੇ ਤੂੰ ਦਾ ਸੰਕਲਪ ਹੈ ਮੈਂ ਦਾ ਹੈ ਨਹੀਂ ਸੋ ਇਹ ਪਹਿਲੀ ਵਾਰੀ ਹੋਇਆ ਕਿ ਇਹਦੀ ਪ੍ਰਮੋਸ਼ਨ ਕੰਪਨੀ ਨੇ ਲੇਟ ਸ਼ੁਰੂ ਕਰੀ ਹੈ ਅਤੇ ਨੌਜਵਾਨਾਂ ਨੇ ਬੱਚਿਆਂ ਨੇ ਮੁੰਡਿਆਂ ਨੇ ਕੁੜੀਆਂ ਨੇ ਪਹਿਲਾਂ ਪਿੰਡ ਪਿੰਡ ਪਹੁੰਚਾ ਦਿੱਤੀ ਔਰ ਤੁਸੀਂ ਅੱਜ ਇਹ ਦੇਖੋ ਕਿ ਆਮ ਤੌਰ 'ਤੇ ਫਿਲਮ ਦੀ ਜਿਹੜੀ ਬੁਕਿੰਗ ਹੈ ਉਹ 1 ਜਾਂ 2 ਦਿਨ ਪਹਿਲਾਂ ਨੋਰਮਲੀ ਖੋਲਦੇ ਹਾਂ ਆਪਾਂ ਨੂੰ ਬਹੁਤ ਪਹਿਲਾਂ ਖੋਲਤੀ ਇਸੇ ਕਰਕੇ ਕਿ ਰਿਸਪੋਂਸ ਬਹੁਤ ਅੱਛਾ ਸੀ ਕਿਸੇ ਵੀ ਫਿਲਮ ਨੂੰ 2 ਜਾਂ 3 ਦਿਨ ਦਿੰਦੇ ਹੋ ਕਿਉਂਕਿ ਉਹਨਾਂ ਕੋਲ ਬਹੁਤ ਵੱਡਾ ਲੌਗ ਹੁੰਦਾ ਪਰ ਅਸੀਂ ਆਪਾਂ ਸਾਰੇ ਕਰਮਾਂ ਵਾਲੇ ਹੈ ਇਹ ਤੁਹਾਡੀ ਫਿਲਮ ਹੈ ਸਾਡੀ ਉਦੋਂ ਤੱਕ ਜਦ ਤੱਕ ਅਸੀਂ ਮਿਹਨਤ ਕਰ ਰਹੇ ਹਾਂ ਪਰ ਹੁਣ ਉਹ ਆ ਗਈ ਤੁਹਾਡੀ ਕਚਹਿਰੀ 'ਚੋਂ ਤੁਹਾਡੀ ਫਿਲਮ ਹੈ ਔਰ ਤੁਹਾਨੂੰ ਇਹ ਤੁਸੀਂ ਜਿਹੜੀ ਸਭ ਤੋਂ ਵੱਡੀ ਕਮਾਲ ਦੀ ਗੱਲ ਹੈ ਆਸਟ੍ਰੇਲੀਆ ਜਾਂ ਕੈਨੇਡਾ 'ਚ ਪਹਿਲੀ ਵਾਰੀ 60-65 ਸਕਰੀਨਾਂ ਤੁਹਾਨੂੰ ਮਿਲੀਆਂ ਤੁਸੀਂ ਭਾਗਾਂ ਵਾਲੇ ਹੋ ਇਸ ਤਰ੍ਹਾਂ ਦੀਆਂ ਸਕਰੀਨਾਂ ਬਾਲੀਵੁੱਡ 'ਚ ਜਿਹੜੀਆਂ 300-300 ਕਰੋੜ ਦੀਆਂ ਫਿਲਮਾਂ ਉਹਨਾਂ ਨੂੰ 60-70 ਮਿਲਦੀਆਂ ਅਤੇ ਆਪਾਂ ਸਾਰਿਆਂ ਨੂੰ ਇਹ ਮਿਲ ਗਈਆਂ ਇਹ ਆਪਣੀ ਪਹਿਲੀ ਪ੍ਰਾਪਤੀ ਹੈ ਦੂਜੀ ਪ੍ਰਾਪਤੀ ਇਹ ਹੈ ਕਿ ਜਿਹੜੀ ਫਿਲਮ ਹੁੰਦੀ ਹੈ ਉਹਦਾ ਜਿਹੜਾ ਸੰਗੀਤ ਹੈ ਉਹ ਤਾਂ ਸੰਗੀਤ ਹੈ ਜੇ ਉਹ ਫਿਲਮ ਨਾਲ ਜੁੜ ਕੇ ਆਵੇ ਜੇ ਉਹ ਕਹਾਣੀ ਨੂੰ ਅੱਗੇ ਤੋਰੇ ਇਹਨਾਂ ਗਾਣਿਆਂ ਨੇ ਇਹ ਤੁਹਾਨੂੰ ਜਾਂ ਪ੍ਰੋਮੋ ਨੇ ਤੁਹਾਨੂੰ ਫਿਲਮ ਦਾ ਇੱਕ ਟ੍ਰੇਲਰ ਇਸ ਤਰ੍ਹਾਂ ਦਿਖਾਇਆ ਕਿ ਤੁਹਾਨੂੰ ਲੱਗਿਆ ਕਿ ਹਾਂ ਸਾਨੂੰ ਦੇਖਣੀ ਚਾਹੀਦੀ ਹੈ ਔਰ ਜਿਹੜੀ ਸਾਡੀ ਕੋਸ਼ਿਸ਼ ਹੈ ਕਿ ਪਰਿਵਾਰ ਆਉਣ ਉਹ ਸਫਲ ਹੋ ਰਹੇ ਆਪਾਂ ਉਹਦੇ 'ਚ ਮੇਰੀ ਜਾਨ ਤਾਂ ਗਰਮੀ ਹੈ ਮੈਨੂੰ ਪਤਾ ਇੱਕ ਆਪਾਂ ਇਕੱਲੇ ਇਕੱਲੇ ਕੰਮ ਮੈਂ ਵਿਹਲਾ ਹੀ ਹਾਂ ਮੈਨੂੰ ਕੋਈ ਕੰਮ ਨਹੀਂ ਆਹੀ ਕੰਮ ਦੇਖੋ ਇੱਕ ਚੀਜ਼ ਦਿਮਾਗ 'ਚ ਪਾਓ ਆਪਾਂ ਸਾਰੇ ਮੈਂ ਇਹ ਚਾਹੋ ਤੁਸੀਂ ਹਾਂ ਜਿਹੜਾ ਸਿਸਟਮ ਹੈ ਇਹ ਟੋਟਲ ਸਿਸਟਮ ਜਿਹਨੂੰ ਮੁਲਕ ਦਾ ਕਹਿ ਲਓ ਜਾਂ ਦੁਨੀਆਂ ਚਲਾਉਣ ਵਾਲਾ ਇਹ ਬਹੁਤ ਸਟਰੋਂਗ ਹੈ ਇਹ ਸਭ ਤੋਂ 10-20 ਸਾਲ ਅੱਗੇ ਸੋਚਦਾ ਅਸੀਂ ਬਹੁਤ ਬਾਅਦ 'ਚ ਸਾਡੀ ਅੱਖ ਖੁੱਲਦੀ ਹੈ ਇਸੇ ਕਰਕੇ ਕਿਸੇ ਕੰਮ ਲਈ ਧਰਨਾ ਜਾਂ ਅੰਦੋਲਨ ਸ਼ੁਰੂ ਹੁੰਦਾ ਕਿਉਂਕਿ ਅਸੀਂ ਲੇਟ ਹੋ ਜਾਂਦੇ ਜਾਗਰੂਕ ਕਰਨਾ ਕਲਾਕਾਰ ਅਤੇ ਪੱਤਰਕਾਰ ਦਾ ਕੰਮ ਦੇਖੋ ਆਮ ਤੌਰ 'ਤੇ ਜਿਹੜੀ ਫੇਸਬੁੱਕ ਦੀ ਦੁਨੀਆ ਹੈ ਅਲੱਗ ਹੈ ਇਹਦੇ 'ਚ ਹਰ ਬੰਦਾ ਇਹ ਚਾਹੁੰਦਾ ਕਿ ਕੋਈ ਧਰਨਾ ਤਾਂ ਕਹਿੰਦੇ ਗਾਉਣ ਵਾਲਾ ਕਿੱਥੇ ਹੈ ਬਾਰਡਰ 'ਤੇ ਲੜਾਈ ਹੋ ਗਈ ਚੀਨ ਦੇ ਕਹਿੰਦੇ ਗਾਉਣ ਵਾਲੇ ਕਿੱਥੇ ਹੈ ਇੱਦਾਂ ਨਹੀਂ ਹੁੰਦਾ ਮੈਂ ਇਹਦੀ ਮਿਸਾਲ ਤੁਹਾਨੂੰ ਇਸ ਤਰ੍ਹਾਂ ਦੇ ਸਕਦਾ
ਕਿ ਜਦੋਂ ਸਾਂਝਾ ਪੰਜਾਬ ਜਿਹੜਾ ਖਾਲਸਾ ਰਾਜ ਸੀ ਸ਼ੇਰੇ ਪੰਜਾਬ ਸਾਹਿਬ ਦਾ, ਹੁਣ ਤੁਸੀਂ ਉਹਨੂੰ ਸਾਹਮਣੇ ਰੱਖ ਲਓ। ਰਾਜ ਕਰਨ ਲਈ ਰਣਜੀਤ ਸਿੰਘ ਚਾਹੀਦਾ, ਲੜਨ ਲਈ ਰਾਮਗੜੀਆ ਜੱਸਾ ਸਿੰਘ, ਹਰੀ ਸਿੰਘ ਨਲੂਆ ਸਾਹਿਬ ਚਾਹੀਦੇ ਆ, ਪਰ ਲਿਖਣ ਲਈ ਸ਼ਾਹ ਮੁਹੰਮਦ ਚਾਹੀਦਾ। ਇਸੇ ਤਰ੍ਹਾਂ ਤੁਹਾਡਾ ਅਜੋਕੇ ਯੁੱਗ 'ਚ ਕੰਮ ਹੈ। ਤੁਸੀਂ ਅਤੇ ਅਸੀਂ, ਜ਼ਰੂਰੀ ਨਹੀਂ ਕਿ ਅਸੀਂ ਧਰਨਾ ਫਰੰਟ 'ਤੇ ਜਾ ਕੇ ਲੜੀਏ, ਕਿਉਂਕਿ ਅਸੀਂ ਲੀਡਰ ਨਹੀਂ, ਅਸੀਂ ਲੀਡਰ ਨਹੀਂ ਬਣ ਸਕਦੇ ਕਿਉਂਕਿ ਸਾਡੇ 'ਚ ਉਹ ਕੁਆਲਿਟੀ ਨਹੀਂ ਹੋਊਗੀ। ਪਰ ਸਾਡੇ 'ਚ ਇਹ ਕੁਦਰਤ ਨੇ ਪਾਈ ਹੈ ਕਿ ਅਸੀਂ ਲਿਖ ਕੇ ਆਪਣੀਆਂ ਲਿਖਤਾਂ ਨਾਲ ਜਾਂ ਤੁਸੀਂ ਆਪਣੀ ਖਬਰਾਂ ਨਾਲ ਲੜ ਸਕਦੇ ਹੋ ਸਿਸਟਮ ਨਾਲ, ਔਰ ਸਾਰਾ ਕੱਟ ਕਟਾ ਕੇ ਸਾਰੇ ਨਿਕਲਦਾ ਕਿ ਗਰੀਬ ਗੁਰਬੇ ਦੇ ਹੱਕ 'ਚ ਬੋਲਣਾ। ਇਹੀ ਸਾਡੇ ਬਾਬਾ ਗੁਰੂ ਨਾਨਕ ਸਾਹਿਬ ਨੇ ਸਿਖਾਇਆ। ਦੇਖੋ, ਇਹਦੇ ਜਿਹੜਾ ਸਭ ਤੋਂ ਵੱਡਾ ਪੱਖ ਹੈ ਪੰਜਾਬੀਆਂ ਦਾ, ਜਦੋਂ ਤੁਸੀਂ ਤੁਸੀਂ ਪਿੰਡ ਦੇ ਹੋ ਜਾਂ ਸ਼ਹਿਰ ਦੇ, ਮੈਨੂੰ ਪਤਾ ਮੈਂ ਪਿੰਡ ਦਾ, ਜਦੋਂ ਅਸੀਂ ਪਿੰਡਾਂ 'ਚ ਚੰਡੀਗੜ੍ਹ ਪੜ੍ਹਨ ਆਉਂਦੇ ਹਾਂ ਤਾਂ ਜਿਹੜਾ ਸਾਡਾ ਪਹਿਲਾ ਸਬਕ ਉਹ ਯਾਰੀ ਹੁੰਦੀ ਹੈ। ਅਤੇ ਜਿੰਨੇ ਸਾਲ ਇੱਥੇ ਜੇ ਕੋਈ ਝਗੜਾ ਜਾਂ ਤਕਰਾਰ ਹੁੰਦਾ, ਉਹ ਸਾਰਾ ਯਾਰੀ 'ਤੇ ਹੀ ਖੜਾ ਹੁੰਦਾ। ਜੇ ਕਿਸੇ ਦੋਸਤ ਨਾਲ ਕਿਤੇ ਪੇਚਾ ਪੈ ਗਿਆ ਤਾਂ ਨਾਲ ਖੜ ਜਾਣਾ। ਇਸ ਫਿਲਮ ਦਾ ਜਿਹੜਾ ਪਹਿਲਾ ਪੱਖ ਆ ਉਹ ਯਾਰੀ 'ਚ ਗਦਾਰੀ ਵਾਲਾ, ਕਿ ਕਿਸੇ ਦੇ ਨਾਲ ਨੂਣ ਖਾ ਕੇ ਜੇ ਕੁੱਕਰ ਵਾਂਗੂ ਨਹੀਂ ਕਰਨਾ, ਮਤਲਬ ਪੱਗ ਵੱਟ ਭਰਾ। ਇਸੇ ਕਰਕੇ ਉਹ ਫਿਲਮ 'ਚ ਉਹ ਡਾਇਲਾਗ ਬੜਾ ਬੜਾ ਮਾਈਲਡ ਹੈ। ਗੁਰਪ੍ਰੀਤ ਨੇ ਲਿਖਿਆ ਕਿ ਕੀ ਲੈਣਾ ਹੈ, ਉਹ ਕਹਿੰਦਾ ਪੱਗ ਲੈਣਾ ਹੈ। ਇਹ ਸਾਡਾ ਸਵੈਗ ਹੈ ਪੰਜਾਬੀਆਂ ਦਾ। ਮੇਰਾ ਕੰਮ ਵੈਸੇ ਫਿਲਮ ਦੇ ਵਿੱਚ ਥੋੜ੍ਹਾ ਥੋੜ੍ਹਾ ਹਸਾਉਣਾ, ਮੈਨੂੰ ਇੱਕ ਗੱਲ ਯਾਦ ਆ ਗਈ, ਇਸ ਕਰਕੇ ਮੈਂ ਉਹ ਗੱਲ ਕਰਨ ਲੱਗਿਆ। ਆਪਣੇ ਨਾ ਇੱਕ ਪ੍ਰਗਟ ਜੀ ਸੀਗੇ ਫਿਲਮ ਦੇ ਵਿੱਚ, ਮਾਸੜ, ਉਹ ਵੀ ਮਾਸੜ ਸੀ, ਇਹ ਵੀ ਮਾਸੜ ਆ, ਉਹ ਵੀ ਮਾਸੜ ਸੀ। ਉਹਨਾਂ ਦੇ ਨਾ ਇੱਕ ਛਾਪ ਪਾਈ ਸੱਚੀ ਸੋਨੇ ਦੀ, ਅਤੇ ਇੱਕ ਆਪਣੇ ਅਸਿਸਟੈਂਟ ਨੇ ਲਵਾ ਦਿੱਤੀ ਕਿ ਇਹ ਨਾ ਜੀ ਇਹ ਛਾਪ ਦੀ ਹੁੰਦੀ ਹੈ, ਇਹ ਛਾਪ ਤੁਸੀਂ ਲਾ ਦਿਓ ਅਤੇ ਇਹ ਨਹੀਂ ਤੁਸੀਂ ਪਾਉਣੀ। ਉਹਨਾਂ ਨੇ ਕਿਤੇ ਵਿਚਾਰ ਨੇ ਫੜਾ ਦਿੱਤੀ, ਉਹ ਉੱਥੇ ਸੱਚੀ ਛੱਡ ਆਇਆ, ਸਾਡੇ ਲਈ ਤਾਂ ਇਹ ਬਹੁਤ ਅਹਿਮ ਹੈ ਕਿਉਂਕਿ ਆਪਾਂ ਇਹ ਕਿੱਸੇ ਵੀ ਪੜ੍ਹੇ ਹੈ ਔਰ ਕਵਿਤ ਵੀ ਸੁਣੇ ਆ, ਕਵੀਸ਼ਰਾਂ ਤੋਂ ਵੀ ਸੁਣੇ ਆ। ਪਰ ਜਿਹੜੇ ਨਵੀਂ ਜਨਰੇਸ਼ਨ ਜਿਹੜੀ ਫੇਸਬੁੱਕ 'ਚ ਲੁਪਤ ਹੈ, ਔਰ ਕੀ ਹੁੰਦਾ ਕਿ ਸਿਸਟਮ ਇੰਨਾ ਡੇਂਜਰਸ ਹੈ ਕਿ ਭਵਿੱਖ ਤੁਹਾਡਾ ਉਸ ਤਰ੍ਹਾਂ ਦਾ ਸਿਰਜ ਦਿੰਦੇ ਆ ਉਹ ਜਿਸ ਤਰ੍ਹਾਂ ਦਾ ਉਹ ਚਾਹੁੰਦੇ ਆ, ਤਾਂ ਬਹੁਤ ਚੀਜ਼ਾਂ ਤੁਹਾਨੂੰ ਸਿਲੇਬਸ 'ਚ ਨਹੀਂ ਮਿਲਣੀਆਂ। ਅੰਗਰੇਜ਼ੀ ਕਾਲ 'ਚ ਵੀ ਇਸ ਤਰ੍ਹਾਂ ਬਹੁਤ ਚੀਜ਼ਾਂ ਜਿਹੜੀਆਂ ਨਹੀਂ ਛਪ ਸਕੀਆਂ, ਇਹ ਆਪਣੇ ਤੱਕ ਵੀ ਬਜ਼ੁਰਗਾਂ ਦੇ ਆਖੀਆਂ ਹੀ ਆਈਆਂ। ਅਤੇ ਜੇ ਅੱਜ ਆਪਾਂ ਇਸ ਫਿਲਮ ਨੂੰ ਆਪਾਂ ਰਲ ਕੇ ਕਾਮਯਾਬ ਕਰਦੇ ਹਾਂ ਤਾਂ ਇਹ ਆਪਣੀ ਪ੍ਰਾਪਤੀ ਹੋਊਗੀ ਕਿ 100 ਸਾਲ ਬਾਅਦ ਅਸੀਂ ਇਹ ਗਾਥਾ ਜਿਹੜੀਆਂ ਸਾਡੀਆਂ ਉਹਨਾਂ ਨੂੰ ਦਿਖਾ ਰਹੇ ਹਾਂ ਪਰਦੇ 'ਤੇ। ਔਰ ਸਾਡੀ ਬਦਕਿਸਮਤੀ ਹੈ ਕਿ ਸਾਡੇ ਨਾ ਬਹੁਤ ਛੇਤੀ ਆਪਾਂ ਅੱਕ ਜਾਂਦੇ ਹਾਂ। ਜਿਹੜੀ ਦੂਜੀ ਸੰਸਾਰ ਜੰਗ ਆ ਉਹਦੇ 'ਤੇ ਸੈਂਕੜੇ ਫਿਲਮਾਂ ਬਣੀਆਂ, ਪਰ ਜਿਹੜੀ ਸਾਡਾ ਪੰਜਾਬ ਵੰਡ ਹੋਇਆ ਉਹਦੇ 'ਤੇ ਬਹੁਤ ਥੋੜ੍ਹੀਆਂ ਫਿਲਮਾਂ ਬਣੀਆਂ, 84 'ਤੇ ਬਹੁਤ ਥੋੜ੍ਹੀਆਂ ਬਣੀਆਂ, ਬਹੁਤ ਬਣਨੀਆਂ ਚਾਹੀਦੀਆਂ। ਇਸੇ ਤਰ੍ਹਾਂ ਇਹਨਾਂ ਗਥਾਵਾਂ 'ਤੇ ਬਹੁਤ ਬਣਨੀਆਂ ਚਾਹੀਦੀਆਂ। ਔਰ ਮੈਨੂੰ ਲੱਗਦਾ ਕਿ ਜਦੋਂ ਇਹ ਫਿਲਮ ਸ਼ੁਰੂ ਕਰੀ ਸੀ, ਇਸੇ ਪਰਣ ਨਾਲ ਸ਼ੁਰੂ ਕਰੀ ਸੀ, ਇਹ ਮੇਰੀ ਜ਼ਿੱਦ ਸੀ ਜਦੋਂ ਅਸੀਂ ਸਾਰੇ ਇਕੱਠੇ ਬੈਠਦੇ ਸੀ, ਬਈ ਫਿਲਮ ਇਹ ਬਣਾਉਣੀ ਹੈ। ਸੁੱਚਾ ਸੂਰਮਾ ਲਈ ਮੈਂ ਇਹੀ ਜ਼ਿੱਦ ਸੀ ਕਿ ਮੈਂ, ਕਿਉਂਕਿ ਪਹਿਲਾਂ 2-3 ਸਕ੍ਰਿਪਟਾਂ ਹੋਰ 'ਤੇ ਵਰਕ ਹੋਇਆ ਸੀ ਜਦੋਂ ਸੁਮਿਤ 'ਤੇ ਅਸੀਂ ਸਾਰੇ ਇਕੱਠੇ ਬੈਠਦੇ ਸੀ, ਤਾਂ ਮੈਂ ਕਿਹਾ ਨਹੀਂ ਨਹੀਂ ਸੁੱਚਾ ਸੂਰਮਾ ਹੀ ਲਿਖਣੀ ਆ, ਇਹੀ ਬਣਾਉਣੀ ਆ। ਔਰ ਉਹ ਸ਼ਾਇਦ ਜ਼ਿੱਦ ਕੰਮ ਆ ਗਈ। ਔਰ ਸਾਡੇ ਡਾਇਰੈਕਟਰ ਨੇ ਵੀ ਬਹੁਤ ਮਿਹਨਤ ਕਰੀ ਹੈ, ਉਹ ਹੈ ਹਾਰਡ ਵਰਕਰ ਹੈ। ਔਰ ਇਸ ਤਰ੍ਹਾਂ ਦੀ ਫਿਲਮ ਬਹੁਤ ਅੱਛਾ ਕੰਮ ਹੋ ਰਿਹਾ ਇੰਡਸਟਰੀ 'ਚ, ਮੈਂ ਨਹੀਂ ਕਹਿੰਦਾ ਮਾੜਾ ਹੋ ਰਿਹਾ, ਸਭ ਆਪਣਾ ਆਪਣਾ ਜ਼ੋਰ ਲਾ ਰਹੇ ਹੈ। ਔਰ ਸਿਨੇਮਾ ਕਿਸੇ ਇੱਕ ਫਿਲਮ ਨਾਲ ਨਹੀਂ ਸਿਰਜ ਸਕਦੇ, ਬਹੁਤ ਹਿੱਟ ਕਰਨੀਆਂ ਪੈਣਗੀਆਂ। ਜੇ ਅੱਜ ਆਪਾਂ ਸਾਊਥ ਦੀਆਂ ਐਗਜ਼ਾਮਪਲਾਂ ਦਿੰਦੇ ਹਾਂ ਤਾਂ ਇਸੇ ਕਰਕੇ ਕਿ ਲੋਕ ਉਹਨਾਂ ਨੂੰ ਪਿਆਰ ਦਿੰਦੇ ਆ। ਪੰਜਾਬੀ 2 ਚੀਜ਼ਾਂ ਲਈ ਮਸ਼ਹੂਰ ਹੈ, ਰੜਕ ਅਤੇ ਮੜਕ। ਅਤੇ ਜੇ ਸਾਡੇ ਸਿਨੇਮੇ 'ਚ ਰੜਕ ਔਰ ਮੜਕ ਹੈ ਨਹੀਂ,
ਫਿਰ ਉਹ ਮੈਂ ਇਹਦੇ ਲਈ ਤਾਂ ਨਹੀਂ ਉਸ ਫਿਲਮ ਮੈਂ ਨਹੀਂ ਕਰ ਸਕਦਾ, ਹੋਰ ਬਹੁਤ ਸੱਜਣ ਬਹੁਤ ਤਰ੍ਹਾਂ ਦੀਆਂ ਫਿਲਮਾਂ ਅੱਛਾ ਜਿਹਾ ਬਣਾਉਂਦੇ ਪਰ ਅਸੀਂ ਤਾਂ ਮੜਕਲ ਅਤੇ ਰੜਕਲ ਹੀ ਬਣਾਵਾਂਗੇ। ਮੈਂ ਕਈ ਵਾਰ ਆਉਂਦਾ ਰਹਿੰਦਾ, ਮੈਂ ਆਟੋ 'ਚ ਵੀ ਸਫ਼ਰ ਕਰਦਾ, ਗੱਡੀ 'ਚ ਵੀ ਕਰਦੇ ਹਾਂ, ਤਾਂ ਮੈਂ ਦੇਖਿਆ ਕਿ ਕਈ ਹੋਰ ਮਤਲਬ ਸਟੇਟਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਪੰਜਾਬੀ ਹਲੇ ਬੋਲਣੀ ਜਾਂ ਸੁਣਨੀ, ਮਤਲਬ ਬੋਲਦੇ ਹਿੰਦੀ ਨੇ ਪਰ ਉਹ ਸੁਣਦੇ ਪੰਜਾਬੀ ਗਾਣੇ ਨੇ, ਕੀ ਲੱਗਦਾ ਪੰਜਾਬੀ ਮਤਲਬ ਇਸ ਤਰ੍ਹਾਂ ਦੀਆਂ ਫਿਲਮਾਂ ਜਦੋਂ ਬਣਦੀਆਂ ਨੇ ਲਿਖਦੀਆਂ ਨੇ ਉਹ ਇੱਕ ਛਾਪ ਛੱਡਣਗੀਆਂ ਮਤਲਬ ਉਹਨਾਂ 'ਤੇ ਵੀ, ਕਿਉਂਕਿ ਉਹਨਾਂ ਨੂੰ ਪੰਜਾਬੀ ਗਾਣੇ ਸੁਣਨੇ ਬੜੇ ਪਸੰਦ ਨੇ। ਮੋਸਟਲੀ ਪੰਜਾਬੀ ਗਾਣਿਆਂ 'ਤੇ ਲੋਕ ਨੱਚਣਾ ਸ਼ੁਰੂ ਕਰ ਦਿੰਦੇ ਨੇ, ਆਪਾਂ ਹੋਰ ਬਾਕੀ ਸਟੇਟਾਂ ਦੀ ਗੱਲ ਕਰੀਏ ਜਾਂ। ਦੇਖੋ ਜਿਹੜੀ ਪੰਜਾਬੀ ਭਾਸ਼ਾ ਹੈ ਨਾ, ਇਹਨੂੰ ਕਦੇ ਵੀ ਕਿਸੇ ਵੀ ਰਾਜ 'ਚ, ਚਾਹੋ ਸਾਡੇ ਵਾਲਿਆਂ ਦਾ ਰਾਜ ਸੀ ਜਾਂ ਕਿਸੇ, ਇਹ ਉਹ ਸਤਿਕਾਰ ਅਸੀਂ ਨਹੀਂ ਮਿਲ ਸਕਿਆ। ਜੇ ਕਿਤੇ ਇਹ ਜਦੋਂ ਚੜ੍ਹਾਈ ਸੀ ਪੰਜਾਬੀਆਂ ਦੀ, ਜੇ ਕਿਤੇ ਉਦੋਂ ਇਹ ਦਫ਼ਤਰਾਂ ਦੀ ਭਾਸ਼ਾ ਬਣ ਜਾਂਦੀ ਤਾਂ ਪਖਤੂਨ ਵੀ ਅੱਜ ਪੰਜਾਬੀ ਬੋਲਦੇ, ਜੰਮੂ ਕਸ਼ਮੀਰ ਦੇ ਉੱਪਰਲੇ ਖੂੰਜੇ ਤੱਕ ਵੀ ਪੰਜਾਬੀ ਹੁੰਦੀ। ਪਰ ਉਹ ਕੰਮ ਕਿਵੇਂ ਪੁਰਾਤਨ ਜਿਹੜੇ ਸੀ, ਜਿਹੜੇ ਜਿਹੜੇ ਐਡਮਿਨਿਸਟ੍ਰੇਟਰ ਸੀ ਨਾ, ਉਹ ਹੀ ਸੀ ਜਿਹੜੇ ਪਹਿਲੇ ਰਾਜਿਆਂ ਦੇ ਹੁੰਦੇ ਸੀ, ਉਹ ਫਿਰ ਇੱਧਰ ਆ ਵੜੇ, ਤਾਂ ਉਹਨਾਂ ਨੇ ਉਸ ਤਰ੍ਹਾਂ ਉਹ ਪੁਰਾਣੀਆਂ ਭਾਸ਼ਾਵਾਂ 'ਚ ਸਿਸਟਮ ਚੱਲਦਾ ਰਿਹਾ। ਪਰ ਕਿਉਂਕਿ ਖੇਤਾਂ ਦੀ ਬੋਲੀ ਹੈ, ਇਹ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਆ ਗਈ, ਬਟ ਮੈਨੂੰ ਲੱਗਦਾ ਕਿ ਨਾ ਮਕਾਇਆ ਮੁੱਕਣੀ ਹੈ ਨਾ ਇਹ ਰੁਕਣੀ ਹੈ। ਸਾਡੀ ਜੇ ਅਗਲੀ ਜਨਰੇਸ਼ਨ ਆਪਣੇ ਵਾਂਗੂ ਬੀੜਾ ਚੱਕ ਲਏ ਤਾਂ ਕੋਈ ਨਹੀਂ, ਜੇ ਲਿਪੀ ਰੂਪ 'ਚ ਵੀ ਨਹੀਂ ਮਿਲੂਗੀ ਤਾਂ ਇੱਦਾਂ ਤਾਂ ਅਸੀਂ ਜਾਰੀ ਰੱਖਾਂਗੇ ਆਪਣੀ ਜਦੋਜਹਿਦ। ਔਰ ਇਸੇ ਦਾ ਮਤਲਬ ਤੁਸੀਂ ਕਹਿ ਲਓ ਇਹ ਪ੍ਰਾਪਤੀ ਇੱਧਰਲੇ ਪੰਜਾਬ ਦੇ ਜ਼ੋਰ ਦੀ ਪ੍ਰਾਪਤੀ ਹੈ ਕਿ ਸਾਡੇ ਲਹਿੰਦੇ ਪੰਜਾਬ 'ਚ 8 ਕਰੋੜ ਪੰਜਾਬੀਆਂ ਨੇ ਦਸਤਖਤ ਕਰਿਆ ਕਿ ਸਾਡੀ ਜਿਹੜੀ ਭਾਸ਼ਾ ਜਿਹੜੀ ਦਫ਼ਤਰਾਂ 'ਚੋਂ ਪੰਜਾਬੀ ਲਾਗੂ ਕਰੋ, ਤਾਂ ਉਸ ਹਿਸਾਬ ਨਾਲ ਆਪਾਂ ਦੁਨੀਆ ਦੇ 8ਵੇਂ ਨੰਬਰ 'ਤੇ ਆ ਜਾਂਦੇ ਹਾਂ। ਅਤੇ 8ਵੇਂ ਨੰਬਰ 'ਤੇ ਜੇ ਸਾਡੀ ਭਾਸ਼ਾ ਆਉਂਦੀ ਹੈ ਤਾਂ ਸਾਡਾ ਸਿਨੇਮਾ ਵੀ ਫਿਰ ਕਮ ਸੇ ਕਮ 8ਵੇਂ ਨੰਬਰ 'ਤੇ ਤੱਕ ਸਾਡੀਆਂ ਫਿਲਮਾਂ ਬਣਨੀਆਂ ਚਾਹੀਦੀਆਂ। ਉਸ ਹਿਸਾਬ ਨਾਲ ਆਪਾਂ ਬਾਕੀ ਸਾਰੇ ਮੁਲਕ ਦੀਆਂ ਫਿਲਮਾਂ ਨੂੰ ਪਿੱਛੇ ਛੱਡ ਸਕਦੇ ਹਾਂ, ਬਸ ਇਹਦੇ ਲਈ ਤੁਹਾਡਾ ਸਾਥ ਚਾਹੀਦਾ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਬਾਹਰਲੀ ਸਕਰੀਨਾਂ ਮਿਲ ਰਹੀਆਂ ਨੇ, ਸਾਡਾ ਸਿਨੇਮਾ ਇੱਧਰ ਨੂੰ ਐਕਸਪੈਂਡ ਕਰ ਰਿਹਾ ਜਿੱਧਰ ਨੂੰ ਪੰਜਾਬੀ ਗਏ। ਨਹੀਂ ਨਹੀਂ ਆਲਰੇਡੀ ਉੱਥੇ ਹੈਗਾ ਹੈਗਾ, ਪਰ ਸਾਨੂੰ ਵੱਧ ਮਿਲ ਗਈਆਂ ਇਸ ਵਾਰੀ ਜੀ। ਪਰ ਇੱਧਰ ਆਪਾਂ ਬਾਰਡਰ ਪਾਰ ਪਾਕਿਸਤਾਨ ਨੂੰ, ਤੁਹਾਡਾ ਗਾਣਾ ਵੀ ਇੱਕ ਪਾਕਿਸਤਾਨ ਦਾ ਵੀਰ ਆਪਣਾ, ਕਿਤੇ ਪੰਜਾਬੀ ਬੈਠੇ ਨੇ, ਤਾਂ ਤੁਸੀਂ ਕੀਤੀ ਹੈ ਕੋਸ਼ਿਸ਼, ਪਰ ਇੱਧਰ ਨੂੰ ਅਗਰ ਵਧੀਆ ਸੀ। ਨਹੀਂ ਸਰ ਹੋ ਰਹੀ, ਤੁਹਾਨੂੰ ਪਤਾ ਨਹੀਂ ਕਿੰਨੇ ਸਿਨੇਮੇ ਮਿਲ ਗਏ ਉੱਥੇ, ਕਮਾਲ ਆ। ਪਹਿਲੀ ਵਾਰੀ ਇੰਨੇ ਸਿਨੇਮੇ ਮਿਲੇ ਆ, ਮੈਂ ਤੁਹਾਨੂੰ ਇਹਨਾਂ ਨੂੰ ਕਹੂੰਗਾ ਜਿਹੜੇ ਸਾਡੇ ਕੰਪਨੀ ਵਾਲੇ, ਤੁਹਾਨੂੰ ਉਹ ਲਿਸਟ ਜ਼ਰੂਰ ਦੇਣਗੇ, ਤੁਸੀਂ ਜ਼ਰੂਰ ਸਾਰੇ। ਇਹ ਮੇਰੀ ਦੋ ਯਾਤਰਾ, ਮੈਨੂੰ ਸਭ ਤੋਂ ਵੱਧ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਲਹਿੰਦੇ ਪੰਜਾਬ 'ਚ ਹੋ ਰਹੀ ਹੈ, ਔਰ ਸਾਡੀਆਂ ਅਸੀਂ ਜੁੜੇ ਹਾਂ ਇੱਕ ਦੂਜੇ ਨਾਲ, ਸਾਡੀ ਮਾਤਾ ਜੀ ਦਾ ਵੀ ਜਨਮ ਉੱਥੇ ਦਾ, ਤੁਹਾਡੇ ਵੀ ਕਿਤੇ ਨਾ ਕਿਤੇ ਚਾਚੇ ਤਾਏ ਬਜ਼ੁਰਗ ਕਿਸੇ ਦਾ, ਸਾਨੂੰ ਤਾਂ ਸਾਨੂੰ ਪਿਆ ਪੰਜਾਬ ਅੱਜ ਵੀ ਉਨਾ ਹੀ ਪਿਆਰਾ, ਅਸੀਂ ਤਾਂ ਉਸੇ ਨਕਸ਼ੇ ਨੂੰ ਉਸੇ ਅੱਖ ਨਾਲ ਦੇਖਦੇ ਹਾਂ ਅੱਜ ਵੀ। ਮੈਂ ਤਾਂ ਕਹਿੰਦਾ ਵੀ ਹਰ ਫਿਲਮ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਦੇਖੋ ਮੇਰੀ ਨਿੱਜੀ ਰਾਏ ਹੈ, ਇਹਨੂੰ ਇੱਕ ਮੇਰੀ ਬੜੀ ਪਿਆਰ ਨਾਲ ਸਾਰਿਆਂ ਨੂੰ ਬੇਨਤੀ ਹੈ, ਮੇਰੀ ਕਿਸੇ ਵੀ ਗੱਲ ਨੂੰ ਕੱਟ ਕੁੱਟ ਕੇ ਨਾ ਲਾਇਓ, ਇੱਦਾਂ ਹੀ ਲਾਇਓ ਜਿਹੜੀ ਹੈ। ਮੇਰੇ ਖਿਆਲ 'ਚ ਸਿਨੇਮਾ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਜਿੱਦਾਂ ਪੁਰਾਤਨ ਜ਼ਮਾਨੇ 'ਚ ਸਾਡੀਆਂ ਫਿਲਮਾਂ ਬਣਦੀਆਂ, ਉਹਦੇ ਕਿਰਦਾਰ ਅਲੱਗ ਅਲੱਗ ਹੁੰਦੇ ਸੀ, ਇੱਕ ਜੇ ਇੱਕ ਸੀਰੀਅਸ ਕਿਰਦਾਰ ਤਾਂ ਦੂਜਾ ਕੌਮ, ਇੱਦਾਂ ਸਾਰਾ ਮਿਕਸ ਹੋਣਾ ਚਾਹੀਦਾ। ਜੇ ਅਸੀਂ ਇੱਕੋ ਤਰ੍ਹਾਂ ਦੀ ਫਿਲਮ, ਜਿੱਦਾਂ ਹੁਣ ਇਹ ਫਿਲਮ ਥੋੜ੍ਹੀ ਡਾਰਕ ਜ਼ੋਨ ਦੀ ਆ, ਮਤਲਬ ਉੱਦਾਂ ਦੀ ਫਾਈਟ ਆ, ਲੜਾਈ ਆ, ਪਰ ਇਹਦੇ 'ਚ ਕਿਤੇ ਕਿਤੇ ਤੁਹਾਨੂੰ ਰਿਲੈਕਸੇਸ਼ਨ ਮਿਲੂਗੀ ਜਦੋਂ ਇਹ ਤੋਤੀ ਉਰੀ ਆਉਣਗੇ ਜਾਂ ਮਾਸੜ ਦਾ ਕਿਰਦਾਰ ਹੋਊਗਾ। ਉਹ ਇੱਦਾਂ ਫਿਲਮ ਇੱਕ ਗੁਲਦਸਤਾ, ਜੇ ਤੁਸੀਂ ਇੱਕ ਰੰਗ ਦੇ ਫੁੱਲ ਚੁਣਦੇ ਆ ਉਹਨਾਂ ਦਾ ਅਲੱਗ ਹੁੰਦਾ ਅਸਰ, ਪਰ ਜੇ ਤੁਸੀਂ ਕਈ ਤਰ੍ਹਾਂ ਦੇ ਫੁੱਲ ਲੈ ਕੇ ਜਾਓਗੇ ਤਾਂ ਤੁਹਾਡਾ ਮਹਿਬੂਬ ਵੀ ਖੁਸ਼ ਹੋ ਜਾਊਗਾ। ਮੈਂ ਤਾਂ ਚਾਹੁੰਦੀ ਕਿ ਪੇੜ ਲੱਗੇ ਔਰ ਹੋਰ ਜ਼ਿਆਦਾ ਲੱਗੇ, ਉਹਦੇ ਲਈ ਤਾਂ ਮੈਂ ਇਹ ਕਹਾਂਗੀ ਕਿ ਪਲੀਜ਼ ਜਿੱਦਾਂ ਤੁਸੀਂ ਟ੍ਰੇਲਰ ਨੂੰ ਜਿੰਨਾ ਪਿਆਰ ਦੇ ਰਹੇ ਹੋ ਉਨਾ ਹੀ ਸਾਡੀ ਮੂਵੀ ਨੂੰ ਵੀ ਦਿਓ,
ਤੇ ਡੈਫੀਨਿਟਲੀ ਮੈਨੂੰ ਲੱਗਦਾ ਹੋਰ ਜ਼ਿਆਦਾ ਭੀੜ ਲੱਗੇਗੀ ਉੱਥੇ ਵੀ। ਔਰ ਮੈਂ ਇੱਕ ਛੋਟੀ ਜਿਹੀ ਬੇਨਤੀ ਕਰੂੰਗਾ, ਜਿਹੜੀ ਸਿਨਮੇ 'ਚ ਇਕੱਠ ਹੈ ਨਾ, ਅਸੀਂ ਪੰਜਾਬੀ 'ਚ ਉਹਨੂੰ ਭੀੜ ਨਹੀਂ ਕਹਿੰਦੇ, ਜਾਂ ਇਕੱਠ ਕਹਿੰਦੇ ਆ ਸੰਗਤ ਕਹਿੰਦੇ ਆ, ਉਹ ਇਸ ਕਰਕੇ ਉਹ ਸਾਡੇ ਆ, ਉਹ ਭੀੜ ਨਹੀਂ। ਭੀੜ ਉਹ ਹੁੰਦੀ ਹੈ ਜਿਹੜੀ ਤਮਾਸ਼ਾ ਦੇਖਣ ਆਉਂਦੀ ਹੈ, ਇਕੱਠ ਉਹ ਹੁੰਦਾ ਜਿਹੜੇ ਆਪਣਿਆਂ ਨੂੰ ਹੁਲਾਰਾ ਦੇਣ ਲਈ ਆਉਂਦੇ ਆ। ਉਹ ਸਾਨੂੰ ਇਸ ਫਿਲਮ ਤੋਂ ਬਾਅਦ ਇਸ ਤਰ੍ਹਾਂ ਦਾ ਹੁਲਾਰਾ ਦੇਣਗੇ, ਉਹਨਾਂ ਦਾ ਹੁਲਾਰਾ ਇਹ ਦੱਸੂਗਾ ਕਿ ਅਸੀਂ ਅਗਲੀ ਫਿਲਮ ਕਿਸ ਤਰ੍ਹਾਂ ਦੀ ਚੁਣੀ। ਫਿਰ ਸਾਡੇ ਲਈ ਹੋਰ ਉਹ ਭੈਣੇ ਪਤਾ ਕੀ ਹੈ, ਜਦੋਂ ਇਹ ਫਿਲਮ ਜੇ ਤੁਸੀਂ ਜਿੰਨਾ ਪਿਆਰ ਮਿਲ ਰਿਹਾ ਅੱਗੇ ਵੀ ਮਿਲੂਗਾ, ਕਿਉਂਕਿ ਅੱਗੇ ਫਿਲਮ ਨੇ ਵੀ ਆਪਣਾ ਰੰਗ ਦਿਖਾਉਣਾ। ਪਰ ਮੈਨੂੰ ਇਹ ਲੱਗਦਾ ਕਿ ਸਾਡੇ ਲਈ ਇੱਕ ਹੋਰ ਵੱਡਾ ਇਮਤਿਹਾਨ ਸ਼ੁਰੂ ਹੋ ਜਾਣਾ। ਅਸੀਂ ਇਸ ਤੋਂ ਬਾਅਦ ਫਿਰ ਜਿਸ ਸਬਜੈਕਟ 'ਤੇ ਕੰਮ ਕਰਾਂਗੇ ਉਹ ਸਾਡੇ ਲਈ ਵੱਡੀ ਚੁਣੌਤੀ ਹੋਊਗੀ, ਔਰ ਚੁਣੌਤੀ ਹੋ ਜ਼ਿੰਦਗੀ ਹੈ। ਹਾਂ ਦੱਸੋ ਤੁਸੀਂ, ਉਹ ਬਾਪਾ ਵਿਚਾਰ ਲੈਂਦੇ ਉਹਦੇ 'ਤੇ, ਤੁਸੀਂ ਕਿਸ ਤਰ੍ਹਾਂ ਦਾ ਥੋਟ ਰੱਖਦੇ ਹੋ? ਅਤੇ ਅਸੀਂ ਤਾਂ ਸੰਘਰਸ਼ਾਂ ਲਈ ਵੀ ਫਿਲਮ ਪਹਿਲਾਂ ਬਣਾਈ ਸੀ, ਕਿਉਂਕਿ ਅਸੀਂ ਉਸ ਤਰ੍ਹਾਂ ਦੇ ਦੌਰ 'ਚੋਂ ਨਿਕਲੇ ਸੀ, ਅਤੇ ਹਸ਼ਰ ਇਸ ਲਈ ਸੀ, ਕਾਲਜ ਪੋਲੀਟਿਕਸ 'ਤੇ ਬਣਾਈ ਸੀ, ਉਦੋਂ ਵੀ ਇਸੇ ਕਰਕੇ ਸੀ ਕਿ ਵਿਸ਼ਾ ਚੇਂਜ ਨਹੀਂ ਸੀ ਹੋ ਰਿਹਾ। ਔਰ ਮੇਰੀ ਜ਼ਿੱਦ ਸੀ ਕਿ ਅਸੀਂ ਜੋ ਫਿਲਮਾਂ ਬਣਾਉਣੀਆਂ ਉਹਦੇ 'ਚ ਬਹੁਤ ਬੰਦਿਆਂ ਨੂੰ ਕੰਮ ਮਿਲੇ, ਨਵੇਂ ਆਰਟਿਸਟਾਂ ਨੂੰ ਸੀ। ਮੇਰੇ ਇੱਕ ਮੈਂ ਇੱਕ ਫਿਲਮ ਬਣਾ ਲੂੰ ਸਾਲ ਦੀ, ਦੋ ਬਣਾ ਲਾਂਗੇ, ਪਰ ਜੇ ਸਿਨੇਮਾ ਅਸੀਂ ਸਾਊਥ 'ਤੇ ਵੱਡਾ ਕਰਨਾ ਜਾਂ ਬਰਾਬਰ ਕਰਨਾ, ਫਿਰ ਉਹਦੇ ਲਈ ਬਹੁਤ ਅੱਛੀਆਂ ਅੱਛੀਆਂ ਫਿਲਮਾਂ ਬਣਾ। ਹੁਣ ਮਸਲਾ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ, ਇਸ ਫਿਲਮ 'ਚ ਜਿਹੜੇ ਅਦਾਕਾਰ ਆ ਇਹਨਾਂ ਨੇ ਸਾਰਿਆਂ ਨੇ ਬਹੁਤ ਕਮਾਲ ਕੰਮ ਕਰਿਆ, ਔਰ ਮੈਨੂੰ ਪੱਕਾ ਯਕੀਨ ਹੈ ਕਿ ਇਸ ਫਿਲਮ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਮਨਪਸੰਦ ਰੋਲ, ਲੀਡਿੰਗ ਰੋਲ ਮਿਲਣਗੇ। ਉਹਦੇ ਨਾਲ ਕੀ ਹੋ ਗਿਆ ਕਿ ਇਸ ਫਿਲਮ ਨੇ ਕਿੰਨੇ ਹੋਰ ਮੌਕੇ ਪ੍ਰਦਾਨ ਕਰਤੇ। ਮੰਨ ਲਓ ਕਿਸੇ 'ਚ ਆਪਣਾ ਇਹਦਾ ਰੋਲ ਅੱਛਾ ਲੱਗਿਆ, ਇਹਨਾਂ ਨੂੰ ਇੱਕ ਸੋਲੋ ਫਿਲਮ ਮਿਲ, ਇੱਦਾਂ ਫਿਰ ਸਿਨੇਮਾ ਡਿਵੈਲਪ ਹੁੰਦਾ। ਔਰ ਹਸ਼ਰ ਵੇਲੇ ਵੀ ਇਹੀ ਕੋਸ਼ਿਸ਼ ਸੀ, ਨਹੀਂ ਤਾਂ ਉਹਦੇ 'ਚ ਥੋੜ੍ਹੇ ਕਰੈਕਟਰ ਵੀ ਦਿਖਾ ਸਕਦੇ ਸੀ ਆਪਾਂ, ਪਰ ਨਹੀਂ, ਮੈਨੂੰ ਸ਼ੌਂਕ ਸੀ ਕਿ ਨਵੇਂ ਮੁੰਡੇ ਨੂੰ ਚਾਂਸ ਮਿਲੇ। ਔਰ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਇਹ ਸਾਡਾ ਨੌਜਵਾਨ ਵੀ ਇਹ ਸਾਡੇ ਨਾਲ ਇਹਨੇ ਪਹਿਲੀ ਵਾਰੀ ਕੰਮ ਕਰਿਆ, ਪਹਿਲਾਂ ਕੁਛ ਕੰਮ ਕਰਿਆ, ਪਰ ਇਹਦਾ ਤਜ਼ਰਬਾ ਕੋਈ ਬਹੁਤ ਅੱਛਾ ਨਹੀਂ ਸੀ। ਕੀ ਹੁੰਦਾ ਕਿ ਹੀਰੋ ਵਰਸ਼ੇ ਬਹੁਤ ਹੈ, ਮੈਂ ਨਿੱਜੀ ਤੌਰ 'ਤੇ ਖੁਸ਼ ਨਹੀਂ ਇਹਦਾ, ਔਰ ਫਿਲਮ ਨਹੀਂ ਹੀਰੋ, ਇਕੱਲਾ ਹੀਰੋ ਕੁਛ ਨਹੀਂ ਕਰਦਾ ਤਾ, ਜਦ ਤੱਕ ਤੁਹਾਡਾ ਸਾਹਮਣੇ ਵਾਲਾ ਕਰੈਕਟਰ ਸਟਰੋਂਗ ਨਹੀਂ ਯਾਰ, ਬਾਕੀ ਕਾਸਟ ਅੱਛੀ ਨਹੀਂ, ਤਾਂ ਉਹ ਹੀਰੋ ਬੇਮਾਨਾ ਹੈ। ਔਰ ਮੋਸਟਲੀ ਹੀਰੋਆਂ ਦਾ ਕੰਮ ਜੋ ਹੁੰਦਾ ਹੈ, ਤੁਸੀਂ ਬਾਲੀਵੁੱਡ ਦੇਖੋ ਕਿਤੇ, ਲੋੜ ਤੋਂ ਜ਼ਿਆਦਾ ਗਪੌੜ ਛੱਡਦੇ ਹੈ। 250 ਬੰਦਾ, 300 ਬੰਦਾ, ਇੱਕ ਬੰਦੇ ਦਾ ਜਦੋਂ ਇਹ ਅਸੀਂ ਸਾਰੇ ਰੋਲ ਕਰਦਾ, 250 ਬੰਦਾ ਸਾਨੂੰ ਦੇ ਮਤਲਬ ਤਿਆਰ ਕਰਦਾ। ਅਤੇ ਸਭ ਤੋਂ ਵੱਡਾ ਤਾਂ ਉਹਨਾਂ ਲਈ ਔਖਾ ਹੁੰਦਾ ਨਾ, ਜਦੋਂ ਸਕ੍ਰਿਪਟਿੰਗ ਕਰਨੀ ਹੈ ਕਿ ਜਚੂਗਾ ਕਿ ਨਹੀਂ, ਡਾਇਰੈਕਟਰ, ਉਹਦੀ ਟੀਮ, ਉਹਦੇ ਨਾਲ 4 ਬੰਦੇ, ਕੈਮਰਾਮੈਨ ਉਹਦੇ ਨਾਲ 4, 25 ਲਾਈਟਾਂ ਵਾਲੇ, ਤੋਂ ਐਡਾ ਇੱਕ ਪੂਰਾ ਯੂਨਿਟ ਲਿਆ ਕੇ ਇੱਕ ਫਿਲਮ ਬਣਾਉਂਦਾ, ਉਹ ਇਹ ਫਿਲਮ ਹੀਰੋ ਦੀ ਨਹੀਂ ਹੁੰਦੀ। ਹਾਂ, ਇਹ ਹੁੰਦਾ ਕਿ ਓਪਨਿੰਗ ਜ਼ਰੂਰ ਉਹਦੇ ਨਾਲ ਫਰਕ ਪੈ ਸਕਦਾ, ਪਰ ਬਾਕੀ ਕਿਰਦਾਰਾਂ ਬਿਨਾਂ। ਇਸੇ ਕਰਕੇ ਮੇਰੀ ਕੋਸ਼ਿਸ਼ ਅਜੇ ਵੀ ਘੱਟ ਆਇਆ, ਆਹ ਉੱਥੇ ਅਮਰੀਕਾ ਆਇਆ ਹੈ ਜਵਾਨ, ਇਹ ਤਾਂ ਮੇਰੇ ਵਰਗੀਆਂ ਲੋਕਲ ਅੱਜ ਤਾਂ ਇਕੱਠੇ ਹੋ ਜਾਂਦੇ ਹਾਂ। ਇਹ ਵੀਪੀ ਸਾਡੀ ਦਿੱਲੀ ਨੂੰ ਆਈ ਹੈ, ਅਤੇ ਹੁਣ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ ਬਾਕੀ ਹੈ ਨਾ, ਉਹ ਵੀ ਆਉਣ। ਤਜਰਬੇ ਦੀ ਗੱਲ ਕਰਨ ਲੱਗਾ, ਉਹ ਭਾਜੀ ਦਾ ਜਿਹੜਾ ਪੁਆਇੰਟ ਸੀ ਮੈਂ ਕਲੀਅਰ ਕਰਨਾ ਚਾਹੁੰਦਾ ਸੀ। ਤਜਰਬੇ ਤੋਂ ਭਾਜੀ ਨੇ ਜਦੋਂ ਕਿਹਾ, ਹੁਣ ਮੈਂ ਉੱਥੇ ਦਾ ਯੂਜ਼ ਟੂ ਹਾਂ, ਉੱਥੇ ਦਾ ਜਿਹੜਾ ਸਿਨੇਮਾ ਉੱਥੇ ਪ੍ਰੋਫੈਸ਼ਨਲਿਜ਼ਮ ਬੜਾ ਵਾ ਆਪਣੇ ਪੰਜਾਬ 'ਚ, ਹੈ ਨਹੀਂ। ਸੋ ਤਜਰਬੇ ਤੋਂ ਜਿੰਨੀਆਂ ਮੈਂ ਮੂਵੀਆਂ ਕੀਤੀਆਂ ਨੇ, ਜਿਹੋ ਜਿਹਾ ਤਜਰਬਾ ਬੜਾ ਇਸ ਮੂਵੀ 'ਚ ਰਿਹਾ ਵਾ, ਕਿਸੇ ਮੂਵੀ 'ਚ ਨਹੀਂ ਸੀ ਅੱਜ ਤੱਕ ਜਿਹੜੀਆਂ ਕੀਤੀਆਂ, ਰੌਕੀ ਮੈਂਟੋ ਤੋਂ ਲੈ ਕੇ ਜਿਹੜੀਆਂ ਕੀਤੀਆਂ, ਕਿਉਂਕਿ ਪ੍ਰੋਫੈਸ਼ਨਲਿਜ਼ਮ ਦੀ ਬੜੀ ਘਾਟ ਆ।
ਤੇ ਮੈਂ ਸਿੰਘ ਮੈਨੂੰ ਉਦਾਂ ਹੱਥ ਨਹੀਂ ਪਾਉਂਦਾ ਜਦੋਂ ਤੱਕ ਪ੍ਰੋਜੈਕਟ 'ਚ ਮੀਨਿੰਗ ਨਾ ਹੋਵੇ। ਮੇਰਾ ਜਿੱਦਾਂ ਦਾ ਭਾਈ ਦਾ ਇੱਕ ਡਰੀਮ ਆ, ਏਮ ਆ ਕਿ ਪੰਜਾਬੀ ਸਿਨੇਮੇ ਨੂੰ ਅਸੀਂ ਸਾਊਥ ਵੀ ਕੀ ਹਾਲੀਵੁੱਡ ਲੈਵਲ 'ਤੇ ਲੈ ਕੇ ਜਾਣਾ ਚਾਹੁੰਦਾ ਮੈਂ ਕਿ ਉਹ ਡੀਸੈਂਸੀ ਲਿਆਈਏ, ਉਹ ਐਕਸਲੈਂਸੀ ਲਿਆਈਏ ਪੰਜਾਬੀ ਸਿਨੇਮੇ ਦੇ ਵਿੱਚ, ਕਿ ਗੋਰੇ ਵੀ ਆ ਕੇ ਵੇਖਣ, ਉਹ ਸਬ ਟਾਈਟਲਸ ਹੋਣ ਉਹਨਾਂ ਦੇ। ਸੋ ਜੋ ਇਸ ਮੂਵੀ 'ਤੇ ਕੰਮ ਕਰਕੇ ਸਵਾਦ ਆਇਆ, ਜਿਹੜੀ ਪ੍ਰੈਜੈਂਸ ਸੀ ਸਾਰਿਆਂ ਦੀ, ਪ੍ਰੋਫੈਸ਼ਨਲਿਜ਼ਮ ਸੀ, ਅਮਿਤੋਜ ਵੀਰ ਜੀ ਤੋਂ ਲੈ ਕੇ ਬੱਬੂ ਵੀਰ ਜੀ ਤੋਂ ਲੈ ਕੇ ਐਵਰੀ ਸਿੰਗਲ ਆਰਟਿਸਟ ਜਿਹਨਾਂ ਨਾਲ ਮੈਂ ਕੰਮ ਕੀਤਾ ਵਾ, ਸਾਰਿਆਂ ਦਾ ਪ੍ਰੋਫੈਸ਼ਨਲਿਜ਼ਮ ਟੌਪ ਲੈਵਲ 'ਤੇ। ਇੱਕ ਵੀ ਸ਼ਿਕਾਇਤ ਨਹੀਂ ਸੀ ਕਿਸੇ ਨੂੰ, ਐਵਰੀਬਡੀ ਜਿੰਨੇ ਵੀ ਕੰਮ ਕਰ ਰਹੇ ਸਾਰੇ ਖੁਸ਼ ਸੀ। ਇੱਕ ਮਾਹੌਲ ਜਿੱਦਾਂ ਕਹਿ ਲਓ ਕਿ ਲਾਈਕ ਫੈਮਿਲੀ ਬਣੀ ਹੋਈ ਸੀ ਸੈੱਟ 'ਤੇ, ਜਿਹੜਾ ਵਿਆਹ ਦੇ ਸੀਨ ਨੇ ਉਹ ਐਂ ਲੱਗਦਾ ਕਿ ਵਾਕਈ ਵਿਆਹ ਵਾ। ਸਾਨੂੰ ਇੱਕ ਟਾਈਮਿੰਗ ਹੁੰਦੀ ਕਿ 12 ਘੰਟੇ ਸ਼ੂਟ ਕਰਨਾ ਵਾ, ਅਸੀਂ 16-17 ਘੰਟੇ ਸ਼ੂਟ ਚੱਲਦਾ ਰਿਹਾ ਓਵਰਨਾਈਟ, ਪਤਾ ਨਹੀਂ ਸੀ ਲੱਗਦਾ ਹੁੰਦਾ। ਸੋ ਇੱਦਾਂ ਦਾ ਮਾਹੌਲ ਬਣਿਆ ਸੀ, ਨਹੀਂ ਤਾਂ ਸਾਰਿਆਂ ਨੂੰ ਇਹ ਹੁੰਦੀ ਹੈ ਕਿ ਸੀਨ ਕਰੋ ਅਤੇ ਭੱਜੋ। ਸੋ ਜੋ ਇਸ ਮੂਵੀ 'ਤੇ ਜਿੰਨਾ ਮਜ਼ਾ ਆਇਆ ਕੰਮ ਕਰਕੇ ਮੈਨੂੰ ਅੱਜ ਤੱਕ ਨਹੀਂ ਆਇਆ, ਅਤੇ ਮੈਨੂੰ ਉਮੀਦ ਵੀ ਇਹੀ ਆ ਕਿ ਜਿਹੜਾ ਅਸੀਂ ਟ੍ਰੈਂਡ ਸੈੱਟ ਕਰਨ ਲੱਗੇ ਹਾਂ ਨਾ, ਹੁਣ ਇਹੀ ਰਹੂਗਾ। ਮੈਨੂੰ ਪਤਾ ਸੁੱਚੇ ਸੂਰਮੇ ਦੀ ਕਹਾਣੀ ਮਾੜੀ ਮੋਟੀ, ਕਿਤਾਬ ਕਦੋਂ ਮੈਂ ਨਹੀਂ ਪੜ੍ਹੀ, ਐਵੇਂ ਮਾਰੇ ਜਾਵਾਂ। ਸੋ ਬੇਸਿਕ ਜਿਹੜੀ ਸਟੋਰੀ ਸੁੱਚੇ ਦੇ ਕੁੱਕਰ ਦੀ ਪਤਾ ਸੀ ਮੈਨੂੰ, ਬਲਵੀਰ ਉਹਨਾਂ ਕੀ ਹੋਇਆ ਅਤੇ ਨਰਾਇਣਾ ਕੌਣ ਸੀ, ਇੰਨੀ ਸਾਰਿਆਂ ਨੂੰ ਪਤਾ ਸੀ, ਇੱਥੇ ਪੜ੍ਹੇ ਲਿਖੇ ਹਾਂ। ਪਰ ਜਦੋਂ ਮੈਨੂੰ ਆਇਆ ਪ੍ਰੋਜੈਕਟ, ਮੈਂ ਇੰਟਰਸਟ ਨਹੀਂ ਸੀ ਇਹਨਾਂ ਇਹਦੇ 'ਚ, ਮੈਂ ਕਿਹਾ ਤਾਂ ਉਹੀ ਕਹਾਣੀ ਹੋਣੀ ਆ ਜੋ ਦਿਖਾ ਰਹੇ ਨੇ ਸ਼ੁਰੂ ਸ਼ੁਰੂ, ਦਿਖਾਉਂਦੇ ਆਏ ਨੇ ਕੁੱਕਰ 'ਤੇ ਬਲਵੀਰ ਉਹਦਾ ਜੀ ਅਤੇ ਉਹ ਕੁੱਕਰ ਮਾੜਾ ਬਲਵੀਰੋ ਮਾਰੀ ਆ, ਸੇਮ ਉਹ ਜਿਹੜਾ ਆ ਰਿਹਾ ਹੈ ਨਾ, ਸੇਮ ਇੱਕੋ ਹੀ ਪਰਸਪੈਕਟਿਵ ਆ। ਪਰ ਜਦੋਂ ਅਮਿਤੋਜ ਭਾਈ ਦੀ ਮੈਨੂੰ ਕਾਲ ਆਈ ਅਤੇ ਉਹਨਾਂ ਨੇ ਆਪਣੀ ਮੈਨੂੰ ਦੱਸੀ ਪਰਸਪੈਕਟਿਵ ਕਿ ਇਸ ਪਰਸਪੈਕਟਿਵ ਦਾ ਡਿਫਰੈਂਟ ਹੈ ਇਸ ਮੂਵੀ ਦੇ ਵਿੱਚ। ਉਹਨਾਂ ਨੇ ਮੈਨੂੰ ਸਕ੍ਰਿਪਟ ਭੇਜੀ, ਇੱਕ ਤਾਂ ਆਹ ਪੰਜਾਬ 'ਚ ਕੋਈ ਸਕ੍ਰਿਪਟ ਨਹੀਂ ਭੇਜਦਾ ਪਹਿਲਾਂ, ਤੁਹਾਨੂੰ ਮੌਕੇ 'ਤੇ ਆ ਜਾਓ ਜੀ, ਉੱਥੇ ਦੱਸ ਦਾਂਗੇ ਲਾਈਨਾਂ 'ਤੇ, ਉੱਥੇ ਹੀ ਬੋਲ ਦਿਉ। ਪਰ ਉਹਦਾ ਵੀ ਮੈਥਡ ਹੁੰਦਾ ਵਾ, ਉਹ ਹਾਲੀਵੁੱਡ 'ਚ ਉਹਨੂੰ ਬੇਸਿਕਲੀ ਵੋਡੀ ਕਾਲਜ ਜਦੋਂ ਮੌਕੇ 'ਤੇ ਐਕਟਿੰਗ ਕਰਨੀ ਹੈ ਰਾਈਟ, ਉਹ ਵੀ ਇੱਕ ਡਿਫਰੈਂਟ ਥਿੰਗ ਆ ਰਾਈਟ। ਪਰ ਉਹਦੇ 'ਤੇ ਵੀ ਨਹੀਂ ਬਣਾਉਂਦੇ ਆਪਣੇ, ਪਹਿਲਾਂ ਤਾਂ ਪਤਾ ਹੀ ਨਹੀਂ ਹੁੰਦਾ ਤੁਸੀਂ ਤੁਹਾਡਾ ਤੁਹਾਡਾ ਸੀਨ ਕੀ ਆ, ਤੁਹਾਡਾ ਕੈਰੈਕਟਰ ਕੀ ਆ। ਸੋ ਫਿਰ ਜਦੋਂ ਅਮਿਤੋਜ ਭਾਈ ਨੇ ਮੈਨੂੰ ਗੱਲ ਦੱਸੀ ਤਾਂ ਮੈਂ ਆਲਰੇਡੀ ਔਨ ਬੋਰਡ ਹੀ, ਮੈਂ ਤਾਂ ਉਹਨਾਂ ਦਾ ਪਹਿਲਾਂ ਹੀ ਬੜਾ ਫੈਨ ਸੀ ਹਵਾਏ ਤੋਂ, ਅਤੇ ਬੜੀ ਮਾਣ ਵਾਲੀ ਗੱਲ ਸੀ ਭਾਜੀ ਨੇ ਜਦੋਂ ਮੈਨੂੰ ਕਿਹਾ ਕਿ ਬਈ ਮੈਂ ਤੇਰੇ ਕੋਲ ਕਰਾਉਣਾ ਕੁੱਕਰ ਦਾ, ਫਿਰ ਉਹਨਾਂ ਨੇ ਮੈਨੂੰ ਸਟੋਰੀ ਦੱਸੀ। ਸੋ ਪਰਸਪੈਕਟਿਵ ਸੁਣ ਕੇ ਮੈਂ ਤਾਂ ਉਸੇ ਵੇਲੇ ਕੀਨ ਹੋ ਗਿਆ ਸੀ, ਮੈਂ ਕਿਹਾ ਦਿਸ ਇਜ਼ ਡਿਫਰੈਂਟ, ਇੱਦਾਂ ਦਾ ਕੁਛ ਇੱਕ ਤੁਸੀਂ ਉਹਦਾ ਮਾਇਨਾ ਰੱਖਿਆ ਵਾ ਕਿ ਕਿਉਂ ਇੱਦਾਂ ਬਣੇ ਉਹ ਕੁੱਕਰ, ਕਿਉਂ ਇੱਦਾਂ ਮਾੜਾ ਬਣਿਆ, ਬਲਬੀਰੋ ਨੇ ਕਿਉਂ ਇੱਦਾਂ ਕੀਤਾ, ਆਖਿਰ ਹੈ ਤਾਂ ਸੋਚੇ ਦਾ ਯਾਰ ਹੀ ਸੀ, ਸੋਚੇ ਦਾ ਯਾਰ ਮਾੜਾ ਥੋੜ੍ਹਾ ਹੋ ਗਿਆ। ਸੋ ਇੱਕ ਡਿਫਰੈਂਟ ਪਰਸਪੈਕਟਿਵ ਸੀ। ਸੋ ਮੈਨੂੰ ਅਮਿਤੋਜ ਵੀਰ ਦੀ ਜਿਹੜੀਆਂ ਸੈਂਸ ਆਫ ਡਾਇਰੈਕਸ਼ਨ, ਸੈਂਸ ਆਫ ਰਾਈਟਿੰਗ ਹੈ ਨਾ, ਉੱਤੋਂ ਬਾਬਿਆਂ ਦੇ ਡਾਇਲੋਗ ਗੁਰਪ੍ਰੀਤ ਸਿੰਘ ਦੇ, ਸੋ ਬੜੀ ਵਧੀਆ ਸਕ੍ਰਿਪਟ ਲੱਗੀ ਸੀ। ਮੇਰਾ ਤਾਂ ਉਦੋਂ ਹੀ ਜੀ ਕਰਦਾ ਸੀ ਕਿ ਮੈਂ ਕਿਹਾ ਲਾਈਕ ਦਿਸ ਇਜ਼ ਡਿਫਰੈਂਟ, ਅਤੇ ਡਿਫਰੈਂਟ ਚੀਜ਼ ਲਿਆਊਗੀ ਪੰਜਾਬ ਦੇ ਵਿੱਚ ਕਲਰਫੁਲ, ਅਤੇ ਇੱਕ ਡਿਫਰੈਂਟ ਪਰਸਪੈਕਟਿਵ ਸੈੱਟ ਕਰੂਗੀ ਪੂਰੀ ਆ ਸੁੱਚਾ ਸੂਰਮਾ ਦੀ ਸਟੋਰੀ ਦੇ। ਸੋ ਯਾ ਤੁਹਾਡੇ ਸਾਹਮਣੇ ਤੁਹਾਡੀ ਆਵਾਜ਼ ਜਾਂ ਤੁਹਾਡਾ ਫਿਜ਼ੀਕ ਜਾਂ ਤੁਹਾਡਾ ਮਤਲਬ ਜੋ ਤੁਹਾਡੀ ਐਕਟਿੰਗ ਦੇਖ ਕੇ ਤੁਹਾਨੂੰ ਇਸ ਰੋਲ ਦੇ ਵਿੱਚ ਕੀਤਾ ਗਿਆ, ਮਤਲਬ ਇਸ ਚੀਜ਼ ਛਾਪ ਚੜ੍ਹ ਜਿਵੇਂ ਤੁਹਾਡੀ ਆਵਾਜ਼ ਹੈ ਜਿਵੇਂ ਜਾਂ ਤੁਹਾਡੀ ਹਾਈਟ ਹੈ ਜਾਂ ਇਸ ਨੂੰ ਦੇਖ ਕੇ ਫਿਲਮ ਦੇ ਵਿੱਚ ਤੁਹਾਨੂੰ ਰੋਲ ਮਿਲਿਆ ਤੁਹਾਨੂੰ ਲੱਗਦਾ? ਹਾਂਜੀ, ਐਕਟਿੰਗ ਕਰਕੇ ਬੇਸਿਕਲੀ ਮੈਨੂੰ ਹਜੇ ਤੱਕ ਜਿੰਨੇ ਵੀ ਆ ਐਕਟਿੰਗ ਕਰਕੇ, ਅਤੇ ਭਾਅ ਜੀ ਨੇ ਮੇਰਾ ਕੰਮ ਦੇਖਿਆ ਸੀ ਅਮਿਤੋਜ ਵੀਰ ਜੀ ਨੇ, ਸੋ ਜੇ ਉਹਨਾਂ ਨੇ ਮੈਨੂੰ ਕੀਤਾ ਵਾ ਕਾਸਟ ਕੀਤਾ ਸੀ ਤਾਂ ਉਹ ਰੀਜ਼ਨ ਕਰਕੇ ਕੀਤਾ ਸੀ ਕਿ ਇਕੱਲੀ ਹਾਈਟ ਹੀ ਨਹੀਂ, ਉਹ ਤਾਂ ਚਲੋ ਚਾਹੀਦਾ ਸੀ। ਹਾਂਜੀ ਹਾਂਜੀ, ਲਾਈਕ ਉਹ ਜਿੱਦਾਂ ਦਾ ਸੀਨ ਰਿਕੁਆਇਰ ਕਰਦਾ ਸੀ ਉੱਦਾਂ ਦਾ ਹੀ ਲਾਈਕ ਮੈਨੂੰ ਮੋਲਡ ਕਰਨਾ ਪੈਂਦਾ ਸੀ ਉਸੇ ਸੀਨ ਦੇ ਵਿੱਚ। ਅਤੇ ਇਹ ਵੀ ਮੈਨੂੰ ਯਾਦ ਆ ਜਦੋਂ ਕਾਸਟਿੰਗ ਦੀ ਗੱਲ ਹੋਈ, ਜਦੋਂ ਫਾਈਨਲ ਹੋਇਆ ਸੀ ਅਤੇ ਉਹਨਾਂ ਨੇ ਦੱਸਿਆ ਮੈਨੂੰ, ਕਹਿੰਦੇ ਕਿ
ਬੱਬੂ ਤੇਰੇ ਨਾਲ ਆ ਪਲਾਇੰਸ ਚ ਬੱਬੂ ਮੈਂ ਨੀ ਭਾਜੀ ਕਹਿੰਦੇ ਆ ਮੈਂ ਤੇ ਬੱਬੂ ਵੀਰ ਜੀ ਕਹਿੰਦੇ ਕਿ ਬੱਬੂ ਪਲੇ ਕਰ ਰਿਹਾ ਸੁੱਚਾ ਤੇ ਮੈਂ ਕਿਹਾ ਅੱਛਾ ਤੇ ਕਹਿੰਦੇ ਉਹ ਤਕੜਾ ਵਾ ਤੇ ਮੈਂ ਤੇਰਾ ਭਾਰ ਕਿੰਨਾ ਵਾ ਮੈਂ ਮੇਰਾ 185 ਹੋਇਆ ਇਸ ਵੇਲੇ ਉਹ ਫਿਰ ਮੈਨੂੰ 10 ਪਾਉਂਡ ਵਧਾਉਣਾ ਪਿਆ ਸੀ ਮੇਰੇ ਕੋਲ ਟਾਈਮ ਵੀ ਮਹੀਨਾ ਡੇਢ ਹੀ ਸੀ ਸੋ ਉਹ ਮੈਨੂੰ ਥੋੜ੍ਹਾ ਚੱਕਣਾ ਪਿਆ ਸੀ ਕਹਿੰਦੇ ਕਿ ਤੂੰ ਨਾਲ ਦਾ ਲੱਗਣਾ ਚਾਹੀਦਾ ਭਲਵਾਨ ਲੱਗਣਾ ਚਾਹੀਦਾ ਵਰਕਆਊਟ ਮੈਂ ਪਹਿਲਾਂ ਹੀ ਕਰਦਾ ਰਿਹਾ ਪਰ ਉਹ ਭਾਈ ਦੇ ਨਾਲ ਵੀ ਫਿਜ਼ੀਕ ਮੈਚ ਕਰਨੀ ਪੈਣੀ ਸੀ ਮੈਨੂੰ ਸੋ ਆਹ ਚੀਜ਼ਾਂ ਨਿੱਕੀਆਂ ਮੋਟੀਆਂ ਜਿਹੜੀ ਪ੍ਰੈਪ ਲਈ ਕੁੱਕਰ ਦੇ ਪ੍ਰੈਪ ਲਈ ਅਤੇ ਗੱਤਕੇ ਦੀਆਂ ਫਾਈਟਾਂ ਉਹ ਬੜੀ ਬੜੀ ਪ੍ਰੈਕਟਿਸ ਕੀਤੀ ਗੱਤਕੇ ਦੀ ਕਿ ਉਹ ਓਰਿਜਨਲ ਲੱਗੇ ਅਸਲੀ ਲੱਗੇ ਕਹਿ ਨਾ ਲੱਗੇ ਕਿ ਜਾਲੀ ਜੀ ਫਾਈਟ ਕਰੀ ਜਾਣ ਡਿਆ ਕਈ ਡਾਂਗਾਂ ਦੀ ਜਿਹੜੀ ਲੜਾਈ ਉਹ ਅਸਲੀ ਡਾਂਗਾਂ ਯੂਜ਼ ਕੀਤੀਆਂ ਹੈ ਸੱਟਾਂ ਵੀ ਅਸਲੀ ਲੱਗੀਆਂ ਸਾਰੇ ਉਦਾਂ ਦੇ ਰੂਲ ਕਹਿੰਦੇ ਕਿ ਮੈਂ ਹੀਰੋ ਬਣਨਾ ਵਾ ਤੇ ਪੁੱਛ ਲਓ ਕੁਝ ਭਾਈ ਮੈਨੂੰ ਨੀ ਕੋਈ ਹੈਗਾ ਮੈਨੂੰ ਕਿ ਜਿਹੜਾ ਮਰਜ਼ੀ ਮਿਲ ਜਾਏ ਬਾਕੀ ਨੀ ਕੋਈ ਪੁੱਛਦਾ ਯਾਰ ਦੋਵੇਂ ਨੌਜਵਾਨ ਆ ਵਿਚਾਰੇ ਪੁੱਛਣਗੇ ਚਾਚਾ ਕੋਈ ਗੱਲ ਕਰ ਲਈਏ ਵਧੀਆ ਕੋਈ ਸਿਆਣੀ ਗੱਲ ਥੋਤੋਂ ਸਿੱਖ ਕੇ ਜਾਈਏ ਅਸੀਂ ਕੋਈ ਸ਼ਾਮ ਨੂੰ ਘਰ ਜਾਣਾ ਸਵੇਰ ਦੀ ਕੋਈ ਬੱਟੀ ਨੀ ਗੱਲ ਅਸੀਂ ਸਵੇਰ ਦੇ ਨਾ ਸੈੱਟ ਤੇ ਹੀ ਸੀ ਅਸੀਂ ਚਾਹੁੰਦੇ ਕਿ ਤੁਸੀਂ ਪੜ੍ਹੇ ਲਿਖੇ ਸੁਹਿਰਦ ਲੋਕ ਹੋ ਔਰ ਕੋਈ ਅੱਛੀ ਚੀਜ਼ ਥੋਤੋਂ ਮਿਲ ਜੇ ਕੋਈ ਅੱਛਾ ਗਾਣਾ ਹੀ ਨਿਕਲਿਆ ਹੋਊਗਾ ਮੈਨੂੰ ਤਾਂ ਇਹੀ ਲਾਲਚ ਹੁੰਦਾ ਕੋਈ ਚੰਗੀ ਗੱਲ ਚੋਂ ਕੋਈ ਚੰਗਾ ਗੀਤ ਨਿਕਲਿਆ ਔਰ ਮੈਨੂੰ ਲੱਗਦਾ ਨਹੀਂ ਤੁਸੀਂ ਪੋਜ਼ ਤੇ ਖੜੇ ਹੋ ਸਾਰੇ ਇਹ ਆਪਣਾ ਮੁੰਡਾ ਇਹ ਦੱਸੇ ਪਤਾ ਕਿ ਮੈਂ ਇਹਨਾਂ ਨੂੰ ਤਾਂ ਇਕੱਠੇ ਕਰਦਾ ਵੀ ਇਹ ਬੋਲਣ ਸਾਡੇ ਲਈ ਕਰੈਕਟਰ ਪਹਿਲਾਂ ਹੁੰਦੇ ਨੇ ਸੁੱਚਾ ਅੱਧੇ ਘੰਟੇ ਦੇ ਰਸਤੇ ਤੇ ਹੋਊਗਾ ਸੁੱਚਾ ਸੂਰਮਾ ਦਾ ਪਿੰਡ ਇੱਕ ਸਾਡੇ ਕੋਲੇ ਉਹ ਪਲੱਸ ਪੁਆਇੰਟ ਸੀਗਾ ਦੂਸਰਾ ਸਾਡੇ ਕੋਲੇ ਰਿਸਰਚ ਸੀਗੀ ਲੋਕਾਂ ਨੂੰ ਮਿਲੇ ਸਾਡਾ ਬੋਲ ਚਾਲ ਦੀ ਭਾਸ਼ਾ ਸਾਨੂੰ ਸਿਮੀਲਰ ਸੀ ਮੈਨੂੰ ਯਾਦ ਅਸੀਂ ਜਦੋਂ ਪਹਿਲਾਂ ਡਰਾਫਟ ਬਣਾਇਆ ਮੈਨੂੰ ਯਾਦ ਆ ਭਾਜੀ ਕਹਿੰਦੇ 1970 ਦੇ ਨੇੜੇ ਤੇੜੇ ਪਹੁੰਚੇ ਆਪਾਂ ਜਦੋਂ ਕਿ ਆਪਾਂ ਨੇ ਜਾਣਾ 120 ਸਾਲ ਪੁਰਾਣੇ ਪੰਜਾਬ 'ਚ 1870 ਤੋਂ ਲੈ ਕੇ 1915-16 ਤੱਕ ਦਾ ਪੀਰੀਅਡ ਸੀਗਾ ਤਾਂ ਉਹ ਸਾਡੇ ਲਈ ਇੱਕ ਟਫ ਟਾਸਕ ਸੀ ਅਸੀਂ ਇੱਕ ਸ਼ਬਦ ਨੂੰ ਲੈ ਕੇ ਵੀ ਕਈ ਵਾਰ ਚਾਰ ਵਾਰ ਡਿਸਕਸ ਕਰਦੇ ਗਏ ਕਿ ਇਹਦਾ ਕੋਈ ਹੋਰ ਅਲਟਰਨੇਟਿਵ ਹੋ ਸਕਦਾ ਔਰ ਫਿਰ ਸਾਨੂੰ ਇਹ ਸੀ ਕਿ ਜਿਹੜੇ ਸਾਡੇ ਮਾਲਵੇ ਦੇ ਕਰੈਕਟਰ ਨੇ ਨਾ ਉਹ ਬਹੁਤਾ ਦਿਮਾਗ ਤੋਂ ਐਂਟਰ ਨਹੀਂ ਕਰਦੇ ਉਹ ਦਿਲ ਤੋਂ ਸਿੱਧਾ ਬੋਲਦੇ ਨੇਗੇ ਸਾਡੇ ਕਰੈਕਟਰਾਂ ਨੂੰ ਵੀ ਇਸ ਤਰੀਕੇ ਨਾਲ ਫੜਿਆ ਹੋਇਆ ਸੀ ਕਿ ਥੋੜਾ ਬੋਲਣਗੇ ਔਰ ਸਿੱਧਾ ਬੋਲਣਗੇ ਕੁਛ ਤਾਂ ਤੁਸੀਂ ਕਹਿੰਦੇ ਕਿ ਇੱਥੇ ਕੀ ਲੈਣਾ ਆ ਤਾਂ ਉਹਨੇ ਬਹੁਤ ਸਾਰੀਆਂ ਗੱਲਾਂ ਨਹੀਂ ਸੁੱਚਾ ਕਹਿੰਦਾ ਸਾਡਾ ਉੱਥੇ ਉਹ ਇੱਕ ਗੱਲ 'ਚ ਨਿਬੇੜ ਦਿੰਦਾ ਕਿ ਪੱਗ ਲੈਣਾ ਉਹ ਕਹਿੰਦਾ ਇਕੱਲਾ ਹੀ ਆ ਗਿਆ ਤੇ ਸ਼ੇਰ ਇਕੱਲਾ ਹੀ ਹੁੰਦਾ ਕੁੱਕਰਾ ਅਸੀਂ ਨੇ ਕਦੇ ਸੋਚਿਆ ਹੀ ਨਹੀਂ ਸੀ ਵੀ ਇਹਦੇ ਉੱਪਰ 20 ਡਾਇਲੋਗ ਲਿਖੋ 40 ਲਿਖੋ ਸਾਨੂੰ ਸੀ ਵੀ 2 ਦਾ ਪੁਆਇੰਟ ਔਰ ਇੱਕ ਹਰ ਕਰੈਕਟਰ ਉਹਦੇ ਵਿੱਚ ਜਸਟੀਫਾਈ ਹੋਵੇ ਇਹ ਨਾ ਲੱਗੇ ਕਿ ਇਹ ਕਰੈਕਟਰ ਫਾਲਤੂ ਦਾ ਖੜਾ ਕੀਤਾ ਚਾਹੇ ਤੁਸੀਂ ਜੁਗਤੀ ਦਾ ਕਰੈਕਟਰ ਆ ਸੁੱਚੇ ਦਾ ਕਰੈਕਟਰ ਹੈ ਕੁੱਕਰ ਦਾ ਕਰੈਕਟਰ ਹੈ ਉਹ ਜਿੰਨਾ ਬੋਲਦੇ ਨੇ ਉਹਦਾ ਇੱਕ ਮਤਲਬ ਹੈ ਜਗਲ ਵੀ ਸਾਡੇ ਕੁਛ ਸੀਨ ਨੇਗੇ ਜੋ ਬਿਹਤਰੀਨ ਸੀਨ ਇਹਨਾਂ ਨੇ ਫਿਲਮਾਏ ਨੇਗੇ ਸੁੱਚੇ ਤੇ ਕੁੱਕਰ ਦਾ ਜਦੋਂ ਕੰਟਰੋਪਰੇਸ਼ਨ ਹੁੰਦੀ ਆ ਆਈ ਥਿੰਕ ਉਹ ਫਿਲਮ ਦਾ ਹਾਸਲ ਹੈ ਜਦੋਂ ਸੁੱਚਾ ਕੁੱਕਰ ਦੇ ਘਰ ਜਾਂਦਾ ਗਾ ਜੋ ਟ੍ਰੇਲਰ ਦੇ ਵਿੱਚ ਵੀ ਸੀ ਪੱਗ ਲੈਣਾ ਉਹ ਤੁਸੀਂ ਓਵਰਆਲ ਜਦੋਂ ਸੀਨ ਦੇਖੋਗੇ
ਤਾਂ ਤੁਸੀਂ ਉਸ ਸਮੇਂ ਦੀ ਆਬੋ ਹਵਾ ਉਹਨਾਂ ਲੋਕਾਂ ਦੇ ਲਈ ਰਿਸ਼ਤਿਆਂ ਦਾ ਕੀ ਮਾਇਨੇ ਸੀ? ਫਿਰ ਇੱਕ ਨਰਾਇਣਾ, ਸੁੱਚਾ ਤੇ ਬਲਵੀਰ, ਉਹਨਾਂ ਤਿੰਨਾਂ ਦੀ ਜੋ ਕਨਸੈਂਟ੍ਰੇਸ਼ਨ ਹੈ ਉਹ ਅਸੀਂ ਇੱਕ ਨਵੇਂ ਪਰਸਪੈਕਟਿਵ ਤੋਂ ਬਲਵੀਰ ਉਹਦੇ ਕੈਰੇਕਟਰ ਨੂੰ ਸਿਰਜਿਆਗਾ। ਇਹ ਪੂਰੀ ਜਰਨੀ ਸੀਗੀ ਸਾਡੀ। ਪਹਿਲਾਂ ਤਾਂ ਮੇਰਾ ਜਨਮ ਇੰਡੀਆ 'ਚ ਹੀ ਹੋਇਆ, ਬਾਹਰ ਨਹੀਂ ਹੋਇਆ। ਮੈਂ ਦਿੱਲੀ ਤੋਂ ਹੀ ਜਿਵੇਂ ਸਟੋਰੀ, ਮੈਂ ਸੱਚੀ ਦੱਸਾਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕੋਈ ਇੱਦਾਂ ਦੀ ਸਟੋਰੀ ਵੀ ਆਪਣੇ ਯੂਨੋ ਪੰਜਾਬ 'ਚ, ਜਾਂ ਪਹਿਲਾਂ ਹੋ ਚੁੱਕਾ ਜਾਂ ਪੁਰਾਣੀ ਕੋਈ ਸਟੋਰੀ ਹੈ। ਜਦੋਂ ਕਰੈਕਟਰ ਲਈ ਮੇਰੇ ਕੋਲ ਕਾਲ ਆਈ ਤਾਂ ਉਹ ਮੇਰੇ ਲਈ ਬਹੁਤ ਹੀ ਨਵਾਂ ਸੀਗਾ, ਕਿਉਂਕਿ ਮੈਂ ਅਫਕੋਰਸ ਮੁੰਬਈ ਬੇਸ ਸੀਗੀ, ਮੁੰਬਈ ਦੀ ਥੋੜ੍ਹਾ ਸੀਰੀਅਲਸ ਵਗੈਰਾ ਕਰ ਰਹੀ ਸੀ। ਅਤੇ ਇਹ ਮੇਰੇ ਲਈ ਬਹੁਤ ਹੀ ਨਾ ਅੱਛਾ ਅਤੇ ਬਹੁਤ ਹੀ ਟੱਚਿੰਗ ਰੋਲ ਸੀਗਾ, ਕਿਉਂਕਿ ਉਹਦਾ ਉਹਨਾਂ ਦਾ ਜਿਹੜਾ ਪਹਿਨਾਵਾ ਹੈ, ਜਿਹੜਾ ਪੰਜਾਬ ਦਾ ਆਪਣਾਪਣ ਹੈ। ਉਹ ਜਦ ਮੈਂ ਮੂਵੀ 'ਚ ਗਈ ਹਾਂ ਜਾਂ ਮੈਂ ਸਟਾਰਟ ਕੀਤੀ ਸ਼ੂਟਿੰਗ, ਜਦ ਮੈਨੂੰ ਉਹ ਟੱਚ ਬਹੁਤ ਹੀ ਫੀਲ ਹੋਇਆ ਕਿ ਹਾਂ ਮੈਂ ਇਹ ਰੋਲ ਨੂੰ ਅੱਛੇ ਤਰੀਕੇ ਨਾਲ ਪਲੇ ਕਰ ਸਕਦੀ ਹਾਂ, ਤਾਂ ਮੈਂ ਡੈਫੀਨੇਟਲੀ ਕੀਤਾ ਵੀ ਹੈ ਜੀ। ਪੱਕਾ ਤੁਸੀਂ ਭਾਈ ਪੁੱਛ ਲਓ ਮੇਰੇ ਅੱਗੇ ਹੀ ਹੈ। ਮਾਨ ਸਾਹਿਬ, ਅਸੀਂ ਪੋਸਟਰ ਤੇ ਦੇਖ ਰਹੇ ਤੁਹਾਡੇ ਇੱਕ ਘੋੜੇ ਨਾਲ ਫੋਟੋ, ਬੜਾ ਛੋਟੀ ਦੌਰਾਨ ਘੋੜੇ ਨਾਲ ਤਜਰਬਾ ਕਿਵੇਂ ਹੈ? ਥਾਰੋ ਵਰਤਿਆ ਸੀ, ਉੱਚਾ ਸੀ ਇਹ ਸਾਡੇ ਗੱਭਰੂ ਨੂੰ, ਫਿਰ ਦੇਸੀ ਮੰਗਾਇਆ ਸੀ ਕਿਉਂਕਿ ਜਿਹੜਾ ਥਾਰੋ ਹੈ ਨਾ ਉਹਦੀ ਥੋੜੀ ਜਿਹੀ ਜਿਹੜੀ ਛਾਲ ਜ਼ਿਆਦਾ ਹੁੰਦੀ ਹੈ, ਉਹ ਝਟਕਾ ਜ਼ਿਆਦਾ ਮਾਰਦਾ ਜਾਂ ਭਜਾਉਂਦੇ। ਜਿਹੜੇ ਸਾਡੇ ਵਾਲਾ ਹੈ ਉਹ ਆਪਣੀ ਮਾਰਵਾੜੀ ਹੈ, ਸਾਡੀ ਬਰੀਡ ਉਹ ਵਿਸ਼ਕੇ ਚੱਲਦਾ ਹੈ। ਸਮਝਦਾ ਬਣੀ ਮੇਰੀ ਪੰਜਾਬੀ? ਅਰੇਬੀਆ ਚਾਲ ਪਤਾ ਨਹੀਂ, ਬਸ ਪੜ੍ਹਿਆ ਕਰੋ। ਫਿਰ ਪੱਤਰਕਾਰ ਤਾਂ ਇੰਨਾ ਐਜੂਕੇਟਡ ਚਾਹੀਦਾ ਕਿ ਸਾਹਮਣੇ ਵਾਲੇ ਨੂੰ ਸਵਾਲ ਦਾ ਜਿਹੜਾ ਜਵਾਬ ਨਾ ਲੱਭੇ। ਮੈਂ ਚਾਹੁੰਦਾ ਕਿ ਸਾਡੀ ਪ੍ਰੈਸ ਹੈ ਜਿਹੜੀ ਸਟਰੋਂਗ ਹੋਵੇ, ਕਿ ਲੌਜੀਕਲ ਜਦੋਂ ਗੱਲ ਕਰਨ ਤਾਂ ਸਾਹਮਣੇ ਵਾਲੇ ਨੂੰ ਵਕਤ ਪੈ ਜਾਏ ਗੱਲ ਦਾ। ਤਾਂ ਫਿਰ ਉਹ ਜਿਹੜੇ ਆਪਣੇ ਘੋੜਿਆਂ ਦੀ ਥੋੜ੍ਹੀ ਜਿਹੀ ਹਾਈਟ ਘੱਟ ਹੁੰਦੀ ਹੈ, ਉਹ ਫਿਰ ਇਹ ਜਿਹੜੇ ਬਾਕੀ ਨੌਜਵਾਨ ਸੀ ਫਿਰ ਉਸ ਤਰ੍ਹਾਂ ਦੇ, ਫਿਰ ਬਾਅਦ ਵਾਲੇ ਸੀਨਾਂ 'ਚ ਇਹਨਾਂ ਲਈ ਉਹ ਵਰਤੇ ਸੀ। ਬਾਕੀ ਤੁਸੀਂ ਘੋੜਿਆਂ ਨੂੰ ਪੁੱਛ ਸਕਦੇ ਹੋ। ਉਦਾਂ ਵੀ ਘੋੜੇ ਪੁਰਾਣੇ ਚਾਹੀਦੇ ਸੀ, ਜਿਸ ਹਿਸਾਬ ਦੀ ਮੂਵੀ ਹੈ ਜਦੋਂ ਅੰਗਰੇਜ਼ ਆ ਕੇ ਸੀ ਥਾਰੋ ਲੈ ਆਏ ਸੀ, ਉਹ ਤਾਂ ਹੀ ਨਹੀਂ ਭੱਜਦੇ ਫਿਰ ਸਾਡੇ, ਨਹੀਂ ਤਾਂ ਕੀ ਭੱਜਣਾ, ਤੈਨੂੰ ਹੱਕੜਾ ਨਹੀਂ ਆਉਂਦਾ। ਧੁੱਕੀਆਂ ਤੇ ਮੈਂ ਕੱਢੀਆਂ ਸਾਰੀਆਂ ਸੈੱਟ ਤੇ, ਛੱਡਿਆ ਨਹੀਂ ਘੋੜਾ ਕੋਈ, ਜਿਹੜਾ ਨਾ ਭਜਾਈਏ, ਵਿਹਲੇ ਬੈਠੇ ਹੁੰਦੇ ਘੋੜੇ ਭਜਾਉਣ ਲੱਗ ਪੈਣੇ ਸੀ। ਘੋੜੇ ਭਜਾਏ ਆ, ਰੇਂਜ ਰੋਵਰ ਭਜਾਇਆ, ਤੁਹਾਨੂੰ ਜਿਹੜੇ ਚਿਹਰੇ ਮਿਲਣਗੇ ਨਾ ਤੁਹਾਨੂੰ ਥੋੜੇ ਜਿਹਾ ਰਫ ਫਿਲਮ 'ਚ ਮਿਲਣਾ। ਮੇਕਅਪ ਵੀ ਉਹਨਾਂ ਦਾ ਉਸੇ ਤਰ੍ਹਾਂ ਕੀਤਾ ਸੀ, ਜਦੋਂ ਸਾਰੇ ਸੈੱਟ ਤੇ ਸਵੇਰੇ ਤਿਆਰ ਹੋ ਕੇ ਬੈਠਦੇ ਸੀ ਤਾਂ ਉੱਥੇ ਉਹ ਮਾਹੌਲ ਏਦਾਂ ਦਾ ਸੀ, ਮਤਲਬ ਉਹਦੇ 'ਚ ਇੰਨਾ ਰਮ ਗਏ ਤੇ ਕਹਾਣੀ 'ਚ ਸਾਰਾ ਦਿਨ ਲੱਗੇ ਰਹਿੰਦੇ ਸੀ, ਕੋਈ ਮਤਲਬ ਵਕਤ ਹੀ ਨਹੀਂ ਮਿਲਿਆ, ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆਈ ਇੱਕ ਦੂਜੇ ਤੋਂ, ਨਾ ਕਦੇ ਕਿਸੇ ਆਰਟਿਸਟ ਨੇ ਇਸ ਗੱਲੋਂ ਮਨਾ ਕਰਿਆ ਡਾਇਰੈਕਟਰ ਸਾਹਿਬ ਨੂੰ ਕਿ ਵੀ ਬਹੁਤ ਮੇਰੇ ਸ਼ੋਰਟ ਹੋ ਗਏ ਜਾਂ ਕੋਈ ਅੱਕ ਗਿਆ ਜਾਂ ਬੋਰ ਹੋ ਗਿਆ, ਕਦੇ ਕਿਸੇ ਨੇ ਵੀ ਨਹੀਂ। ਚੀਮਾ ਸਾਹਿਬ ਸੀ ਸਾਡੇ, ਚਲੋ ਸਾਡੇ ਸੀਨੀਅਰ, ਉਹ ਵੀ ਸੀ ਸੈੱਟ 'ਤੇ, ਜਾਣੀ ਹਰ ਬੰਦਾ ਉਦੋਂ ਟੈਂਪਰੇਚਰ ਬਹੁਤ ਸੀ ਅਤੇ ਝਾਫੇ ਝਾੜੀਆਂ ਹੀ ਸੀ ਜਿੱਥੇ ਬੈਠਦੇ ਸੀ ਜ਼ਿਆਦਾ, ਅਤੇ ਮਤਲਬ ਕਿਸੇ ਵੀ ਬੰਦੇ ਦੀ ਕੋਈ ਡਿਮਾਂਡ ਹੀ ਨਹੀਂ ਸੀ। ਫੂਡ ਲੇਟ ਹੋ ਗਿਆ ਕੋਈ ਗੱਲ ਨਹੀਂ, ਆਮ ਤੌਰ 'ਤੇ ਤੁਸੀਂ ਸੈੱਟਸ 'ਤੇ ਦੇਖਦੇ ਹੋ ਕਿ ਜਦੋਂ ਆਰਟਿਸਟ ਦੀ ਕੋਈ ਚੀਜ਼ ਨਾ ਮਿਲੇ ਤਾਂ ਆਮ ਤੌਰ 'ਤੇ ਆ ਹੁਣ ਅਸੀਂ ਜਿਹੜੀ ਫਿਲਮ ਕਰਦੇ ਹਾਂ ਕਿ ਆਰਟਿਸਟਾਂ ਦੀ ਇੱਕ ਲਿਸਟ ਹੁੰਦੀ ਹੈ ਸਵੇਰੇ, ਘਰੇ ਮੈਂਗੋ ਸ਼ੇਕ ਮਿਲੇ ਨਾ ਮਿਲੇ ਸੈੱਟ 'ਤੇ ਲੈਣਾ, ਪਰ ਸਾਡੇ ਉੱਥੇ ਕਿਸੇ ਦੀ ਵੀ ਕੋਈ ਇੱਦਾਂ ਦੀ ਡਿਮਾਂਡ ਨਹੀਂ ਸੀ।
ਜਿਹਦੀ ਰਲ ਮਿਲ ਕੇ ਰੋਟੀ, ਹਾਂ ਜੋ ਮਿਲ ਗਿਆ ਖਾ ਲਿਆ, ਜੇ ਕਿਸੇ ਦਾ ਬਾਹਰੋਂ ਜੀ ਕਰਦਾ ਬਾਹਰੋਂ ਮੰਗਾ ਲਿਆ। ਔਰ ਇਸ ਗੱਲੋਂ ਅਸੀਂ ਇਹਨਾਂ ਨੂੰ ਵੀ ਵਧਾਈ ਦਿੰਦੇ ਹਾਂ ਕਿ ਜਿਹੜਾ ਦਿਲ ਖੋਲ੍ਹ ਕੇ ਪੈਸਾ ਖਰਚਿਆ ਸੁਮਿਤ ਨੇ। ਨਿੱਜੀ ਤੌਰ 'ਤੇ ਕਈ ਵਾਰੀ ਕਈ ਗੱਲਾਂ 'ਤੇ ਇੱਕ ਦੂਜੇ ਨਾਲ ਵਿਚਾਰਕ ਮਤਭੇਦ ਕਦੇ ਕਦੇ ਹੋ ਜਾਂਦੇ ਸੀ, ਪਰ ਉਹਨਾਂ ਨੇ ਜਿਹੜਾ ਐਜ਼ ਏ ਪ੍ਰੋਡਿਊਸਰ ਫਰਜ਼ ਨਿਭਾਇਆ ਉਹ ਸਭ ਤੋਂ ਵੱਡੀ। ਦੇਖੋ ਕੀ ਹੁੰਦਾ ਹੈ, ਜਦੋਂ ਇੱਕ ਫਿਲਮ ਅੱਛੀ ਬਣਦੀ ਹੈ ਨਾ, ਅੱਛੀ ਫਿਲਮ ਵੀ ਕਈ ਵਾਰੀ ਰਹਿ ਜਾਂਦੀ ਹੈ। ਤੁਸੀਂ ਇਹ ਨੋਟ ਕਰਿਆ ਹੋਣਾ, ਕਈ ਵਾਰੀ ਜਿੱਦਾਂ ਅੱਜ ਦੇ ਕਾਵਾਂ ਰੌਲੀ 'ਚ ਅੱਛਾ ਗੀਤ ਕਈ ਵਾਰੀ ਨਹੀਂ ਸੁਣ ਪਾਉਂਦੇ ਲੋਕ, ਜਿਹੜਾ ਕੋਈ ਚਲੰਤ ਹੁੰਦਾ ਜਾਂ ਕੰਟਰੋਵਰਸ਼ੀਅਲ ਉਹ ਜ਼ਿਆਦਾ ਸੁਣ ਲੈਂਦਾ। ਤੋ ਸੁਮਿਤ ਹੋਰਾਂ ਦਾ ਜਿਹੜਾ ਬੇਸਿਕਲੀ ਵੱਡੀ ਪ੍ਰਾਪਤੀ ਕੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਰਿਲੀਜ਼ ਇਸ ਫਿਲਮ ਲਈ ਕਰ ਲਈ ਜਿਹੜੀ 300 ਕਰੋੜ ਦੀ ਫਿਲਮ ਨੂੰ ਹੁੰਦੀ ਹੈ ਜਾਂ 500 ਦੀ ਨੂੰ ਹੁੰਦੀ ਹੈ। ਕੋਈ ਨਹੀਂ, ਸਿਨੇਮੇ ਸਾਨੂੰ ਮਿਲ ਜਾਣੇ, ਦੇਖੋ ਤੁਸੀਂ ਆਸਟ੍ਰੇਲੀਆ 'ਚ 60-65 ਸਕਰੀਨਾਂ ਦਾ ਮਿਲ ਜਾਣਾ, ਇਹ ਆਪਣੀ ਪ੍ਰਾਪਤੀ ਹੈ। ਔਰ ਮੈਂ ਦੁਆ ਕਰਦਾ ਕਿ ਇਸ ਤੋਂ ਬਾਅਦ ਜਿਹੜੀਆਂ ਹੋਰ ਅੱਛੀਆਂ ਫਿਲਮਾਂ ਆਉਣ ਜਾਂ ਵਾਰੀਅਰ ਫਿਲਮ ਆਉਣ ਜਾਂ ਸਾਡੇ ਪੰਜਾਬ ਅਤੇ ਪੰਜਾਬੀ ਦੀ ਗੱਲ ਕਰਨ, ਇਹ ਤੋਂ ਵੀ ਵੱਡੀ ਰਿਲੀਜ਼ ਹੋ। ਔਰ ਇਸ ਤਰ੍ਹਾਂ ਦੀ ਸੰਭਵ ਤਾਂ ਹੀ ਹੈ ਜੇ ਤੁਸੀਂ ਫਿਲਮਾਂ ਨੂੰ ਮਤਲਬ ਤੋਰ ਦਿਓ ਅੱਗੇ। ਦੇਖੋ ਪ੍ਰੋਡਿਊਸਰ ਦੇ ਇੰਨੇ ਪੈਸੇ ਲੱਗ ਜਾਂਦੇ ਆ ਅਤੇ ਜੇ ਉਹਦੇ ਵਾਪਸ ਆ ਜਾਣਾ ਫਿਰ ਅੱਗੇ ਦੋ ਵੀ ਸ਼ੁਰੂ ਕਰ ਸਕਦਾ। ਔਰ ਸਿਨੇਮਾ ਦੇਖੋ, ਸਿਨੇਮੇ ਨੂੰ ਇਸ ਤਰ੍ਹਾਂ ਨਹੀਂ ਲਿਆ ਜਾ ਸਕਦਾ ਅੱਜ ਯੁੱਗ ਵੀ। ਸਿਨੇਮਾ ਮਤਲਬ ਇਹ ਤਾਂ ਜੀ ਸਿਨੇਮਾ ਪੜ੍ਹਾਈ ਦਾ ਮਾਧਿਅਮ ਵੀ ਹੈ। ਤੁਸੀਂ ਹਾਲੀਵੁੱਡ ਦੀਆਂ ਜਿਹੜੀਆਂ ਪੁਰਾਣੀਆਂ ਫਿਲਮਾਂ ਦੇਖਦੇ ਹੋ, ਉਹਦੇ 'ਚ ਮੋਬਾਈਲ ਜਦੋਂ ਨਹੀਂ ਬਣਿਆ ਸੀ ਉਹਨਾਂ ਨੇ ਅੰਦਾਜ਼ਾ ਲਾ ਲਿਆ ਸੀ ਕਿ ਇੱਦਾਂ ਦਾ ਹੋਊਗਾ। ਉਹਨਾਂ ਦੀ ਰਿਸਰਚ ਕਿਸ ਤਰ੍ਹਾਂ ਦੀਆਂ ਫਿਲਮਾਂ ਆਉਣਾ, ਜਿਹੜੀ ਅਗਲੀ ਸਿਵਿਲਾਈਜੇਸ਼ਨ ਅੱਜ ਜਿਹੜੀ ਅਸੀਂ ਕਿਆਸ ਰਾਹੀਂ ਕਰਦੇ ਹਾਂ AI ਦੇ ਥਰੂ, ਉਹਨਾਂ ਨੇ 20 ਸਾਲ ਪਹਿਲਾਂ ਦਿਖਾ ਦਿੱਤੀ। ਤੋ ਅਸੀਂ ਅਜੇ ਸਾਡਾ ਸਿਨੇਮਾ ਉੱਥੇ ਨਹੀਂ ਪਹੁੰਚਿਆ, ਬਟ ਅਸੀਂ ਆਸ ਕਰਦੇ ਹਾਂ ਕਿ ਜੇ ਆਪਾਂ ਸਾਰੇ ਰਲ ਕੇ ਹਮਲਾ ਮਾਰੀ ਤਾਂ ਆਪਾਂ ਵੱਡੀ ਪ੍ਰਾਪਤੀ ਕਰ ਸਕਦੇ ਹਾਂ। ਦੇਖੋ ਲੜਕੀਆਂ ਦਾ ਥੋੜਾ ਜਿਹਾ ਡਿਫਰੈਂਟ ਹੁੰਦਾ ਸੋਚਣ ਦਾ ਨਜ਼ਰੀਆ, ਉਹ ਹੁੰਦੀ ਵੀ ਹੈ, ਇੱਕ ਸੰਗ ਵੀ ਹੁੰਦੀ ਹੈ, ਇੱਕ ਘਬਰਾਹਟ ਵੀ ਹੁੰਦੀ ਹੈ, ਇਹਨਾਂ ਦਾ ਸੋਚਣਾ ਜਾਇਆ। ਪਰ ਅਸੀਂ ਪੰਜਾਬੀ ਹਾਂ, ਅਸੀਂ ਸਾਡਾ ਹੱਕ, ਮੈਂ ਤਾਂ ਨਿੱਜੀ ਤੌਰ 'ਤੇ 20 ਸਾਲ ਤੋਂ ਜਿਹੜਾ ਗਾ ਰਿਹਾ ਉਹਦੇ 'ਚ ਬਹੁਤਾ ਸਮਾਜਿਕ ਹੈ, ਮੈਂ ਤਾਂ ਹੱਕ ਨਾਲ ਹੀ ਬੁਲਾਉਂਦਾ, ਸਾਡੇ ਵਾਲੇ ਤਾਂ ਆਉਣਗੇ, ਬਾਕੀ ਜਿਹੜੇ ਤੁਹਾਡੇ ਵਾਲੇ ਜਿਹੜੇ ਸਾਡੇ ਨਾਲ ਨਾਰਾਜ਼ ਆ ਤੁਸੀਂ ਲੈ ਆਉਣੇ ਹੋ, ਆਪਣੇ ਸਾਰਿਆਂ ਨੇ ਆ ਜਾਣਾ, ਕਿਉਂਕਿ ਇਹ ਫਿਲਮ ਦੇਖਣੀ ਜ਼ਰੂਰੀ ਹੈ, ਇਹ ਫਿਲਮ ਦਾ ਚੱਲਣਾ ਵੀ ਜ਼ਰੂਰੀ ਹੈ। ਔਰ ਜੇ ਚੱਲਦੀ ਹੈ ਤਾਂ ਇਸ ਤੋਂ ਬਾਅਦ ਹੋਰ ਰਸਤੇ ਖੁੱਲ੍ਹਣਗੇ। ਔਰ ਬਾਕੀ ਆਰਟਿਸਟ ਵੀ ਜਿਹੜੇ ਸਿਨੇਮੇ 'ਚ ਹੈ, ਜਿਹੜੇ 6-5 'ਚ ਹੈ ਸਿਨੇਮਾ, ਦੇਖੋ ਸਕਸੈਸ ਰੇਟ ਸਿਨੇਮੇ ਦਾ 10-15% ਵੱਧ ਤੋਂ ਵੱਧ ਹੈ, 10% ਮੰਨ ਕੇ ਚੱਲੋ ਕਿ ਜੇ 100 ਫਿਲਮ ਬਣਦੀ ਜੇ 10 ਹਿੱਟ ਸੁਪਰ ਹਿੱਟ ਹੋ ਜਾਂਦਾ ਤਾਂ ਬਹੁਤ ਵੱਡੀ ਗੱਲ ਹੈ। ਤੋ ਆਪਾਂ ਇਹ ਆਸ ਕਰਦੇ ਹਾਂ ਕਿ ਅੱਛੀਆਂ ਫਿਲਮਾਂ ਸਾਰੀਆਂ ਹਿੱਟ ਹੋਣ। ਔਰ ਮੋਸਟਲੀ ਆਰਟਿਸਟ ਜਦੋਂ ਸਿਨੇਮੇ 'ਚ ਜਦ ਪ੍ਰਮੋਸ਼ਨ ਕਰਦੇ ਹਾਂ ਫਿਲਮਾਂ ਦੀ ਤਾਂ ਉਹ ਨਿੱਜੀ ਗੱਲ ਜ਼ਰੂਰ ਕਰਦੇ ਹਾਂ। ਮੈਂ ਹਮੇਸ਼ਾ ਹੀ ਇਹ ਕਿਹਾ ਕਿ ਮੈਂ ਬਾਹਰ ਗਿਆ ਸੀ ਤਾਂ ਮੇਰੇ ਸੱਜਣ ਮਿੱਤਰ ਪ੍ਰੈਸ ਵਾਲੇ ਕੁਛ ਲੋਕਲ ਜਿਹੜੇ ਸਾਡੇ ਨਾਲ ਹੋ ਗਏ ਸੀ, ਤਾਂ ਮੈਂ ਉਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਬਈ ਤੁਸੀਂ ਯਾਰ ਵੀਕਐਂਡ 'ਤੇ ਮੇਰੀ ਇੱਕ ਬੇਨਤੀ ਹੈ ਵੀ ਪੈਗ ਸ਼ੈਗ ਨਾਲ ਆਇਓ, ਸਾਰੀਆਂ ਫਿਲਮਾਂ ਦੇਖਿਓ ਜਿਹੜੀਆਂ ਆਉਣੀਆਂ ਹੁਣ ਭਵਿੱਖ 'ਚ, ਅਗਲਾ ਮਹੀਨਾ ਹੁਣ ਆਪਣਾ ਫਿਲਮਾਂ ਦਾ, ਜਿਨ੍ਹਾਂ ਦੀਆਂ ਵੀ ਆਉਣੇ ਇੱਕ ਵਾਰੀ ਦੇਖੋ, ਇੱਕ ਵਾਰੀ ਜ਼ਰੂਰ ਦੇਖੋ, ਜੇ ਚੰਗੀ ਹੈ ਫਿਰ ਦੁਬਾਰਾ ਦੇਖੋ, ਮੌਕਾ ਜ਼ਰੂਰ ਦਿਓ ਸਾਰੇ ਆਰਟਿਸਟਾਂ ਨੂੰ। ਔਰ ਮੈਨੂੰ ਲੱਗਦਾ ਕਿ ਆਪਾਂ ਰਲ ਮਿਲ ਕੇ ਇੱਕ ਹੰਭਲਾ ਮਾਰਦੇ ਹਾਂ, ਔਰ ਇਹ ਜਿਹੜੇ ਟੈਕਨੀਕਲ ਜਿਹੜਾ ਕੰਮ ਸਾਰਾ ਬੰਬੇ ਹੁੰਦਾ ਉਹ ਨਾ ਹੋਵੇ, ਇੱਥੇ ਹੋਵੇ, ਮੇਰੀ ਮਨ ਦੀ ਮਨਸ਼ਾ ਉਹ ਸਟੂਡੀਓ ਸਾਡੇ ਹੀ ਬਣਨ, ਇੱਕ ਸਟੂਡੀਓ 'ਚ ਵੀ 100 ਬੰਦਾ ਕੰਮ ਕਰਦਾ ਉਹ ਫਿਰ ਸਾਡੇ ਹੋਣ, ਇੱਦਾਂ
ਮੈਂ ਹਮੇਸ਼ਾ ਹੀ ਸੋਚਦਾ ਕਿ ਪੰਜਾਬ ਅੱਗੇ ਜਾਵੇ, ਪੰਜਾਬੀ ਅੱਗੇ ਜਾਵੇ। ਦੇਖੋ ਮੈਂ ਦੱਸਣਾ ਨੀ ਚਾਹੁੰਦਾ, ਰਿਵੀਲ ਨੀ ਕਰਨਾ ਚਾਹੁੰਦਾ ਕੁਛ, ਇਹ ਮੂਵੀ ਚ ਦੇਖੋ ਤੁਸੀਂ। ਕਿਰਦਾਰ ਦਿਖਾ ਦੇਣਾ ਇੱਕ ਹੋਰ ਗੱਲ ਹੈ, ਉਹਦੀ ਕਿਰਦਾਰ ਦੀ ਸਫਾਈ ਦੇਣਾ ਨਾਲ ਇਹ ਔਖਾ ਕੰਮ ਹੁੰਦਾ। ਡਾਇਰੈਕਟਰ ਤੇ ਸਕ੍ਰਿਪਟ ਰਾਈਟਰ ਉਹ ਹੈ ਕਿ ਜਦੋਂ ਤੁਸੀਂ ਬੱਚੇ ਹੁੰਦੇ ਹੋ ਤੁਸੀਂ ਕੋਈ ਗੁਨਾਹ ਨਹੀਂ ਕਰਦੇ, ਪਰ ਕਈ ਵਾਰੀ ਵੱਡੀ ਉਮਰ ਜਾ ਕੇ ਆਪਾਂ ਕੋਈ ਗੁਨਾਹ ਕਰ ਦਿੱਤੇ, ਇਹਦਾ ਮਤਲਬ ਅਸੀਂ ਬਚਪਨ 'ਚ ਤਾਂ ਗੁਨਾਹਗਾਰ ਨਹੀਂ ਨਾ ਹੁੰਦੇ, ਉਹ ਕੋਈ ਪਰਿਸਥਿਤੀਆਂ ਇਸ ਤਰ੍ਹਾਂ ਦੀਆਂ ਹੋਈਆਂ। ਇੱਕ ਤਾਂ ਦੇਖੋ ਪੁਰਾਤਨ ਸਿਨੇਮੇ 'ਚ ਕਈ ਵਾਰੀ ਹੁੰਦਾ ਸੀ ਕਿ ਜਿੱਦਾਂ ਅਮਰੀਸ਼ ਪੁਰੀ ਸਾਹਿਬ ਆ, ਉਹ ਤਾਂ ਕਲੀਅਰ ਕੱਟ ਆ ਵੀ ਵਿਹਲਨ ਨਾ ਗੱਲ ਖਤਮ ਹੁੰਦਾ, ਸ਼ੁਰੂ ਤੋਂ ਅਖੀਰ ਤੱਕ ਵਿਹਲਨ ਨੇ, ਕੋਈ ਸਫਾਈ ਨਹੀਂ ਦੇਣੀ, ਕਹਿੰਦਾ ਮੈਂ ਤਾਂ ਇੱਦਾਂ ਹੀ ਹਾਂ, ਉਹਨਾਂ ਦਾ ਇੱਦਾਂ ਸੀ। ਬਟ ਮੈਨੂੰ ਲੱਗਦਾ ਕਿ ਜਿਹੜੀ ਇੱਕ ਸੱਭਿਅਕ ਫਿਲਮ ਹੈ ਜਾਂ ਜਿਹੜੀ ਸਮਾਜ ਨਾਲ ਜੁੜੀ ਹੋਈ ਹੈ ਕੋਈ ਸੱਚੀ ਗੱਥ ਹੈ, ਉਹਦੇ 'ਚ ਤੁਹਾਨੂੰ ਇਹ ਦਿਖਾਉਣਾ ਪਊਗਾ ਕਿ ਗਲਤ ਸੀ ਤਾਂ ਕਿਉਂ ਸੀ, ਔਰਤ ਦੀ ਵਦਕਾਰੀ ਦਾ ਕਾਰਨ ਕੀ ਹੈ, ਹੈ ਨਾ। ਅਤੇ ਜਦੋਂ ਫਿਰ ਇਹ ਸਾਰੀਆਂ ਸਿਚੁਏਸ਼ਨ ਤੁਸੀਂ ਜਿਵੇਂ ਜਿਵੇਂ ਫਿਲਮ ਚੱਲੂਗੀ ਵਿੱਚ ਵਿੱਚ ਗਾਣੇ ਨਾਲ ਤੁਹਾਨੂੰ ਉਹ ਕਲੀਅਰ ਕਰਦੇ ਜਾਈ ਜਾਣਗੇ। ਤੀਜਾ ਪ੍ਰੋਡਿਊਸਰ ਦਾ, ਉਦੋਂ ਬਾਅਦ ਦੀਆਂ ਗੱਲਾਂ ਸਾਰੀਆਂ, ਮੈਂ ਉਹਦੇ ਚ ਕੰਮ ਕਰਿਆ ਜਾਂ ਮੈਂ ਕਿਰਦਾਰ ਨਿਭਾਇਆ, ਇਹ ਸਾਰਾ ਬਾਅਦ ਚ ਹੋ ਜਾਂਦਾ। ਤੂੰ ਪਹਿਲਾ ਸਟੈਪ ਹੈ ਜਦੋਂ ਪ੍ਰੋਡਿਊਸਰ ਉਸ ਫਿਲਮ 'ਤੇ ਇਨਵੈਸਟ ਕਰਦਾ, ਉਹਦੀ ਇਨਵੈਸਟਮੈਂਟ ਸਭ ਤੋਂ ਪਹਿਲਾਂ ਅਹਿਮ ਹੁੰਦੀ ਹੈ, ਕਿਉਂਕਿ ਉਹਨੇ ਇੱਕ ਦਾਅ ਖੇਡਣਾ ਕਿ ਮੈਂ ਹਾਂ ਮੈਂ ਖੇਡ ਸਕਦਾ, ਵੀ ਹਾਂ ਮੈਨੂੰ ਅੱਛੀ ਕਹਾਣੀ ਹੈ, ਮੈਨੂੰ ਲੱਗਦਾ ਕਿ ਮੈਂ ਤੁਹਾਡੇ ਨਾਲ ਜੁੜ ਸਕਦਾ। ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਰਿਲੀਜ਼ ਤੋਂ ਪਹਿਲਾਂ ਸੰਗੀਤ ਦਾ ਆਉਣਾ ਔਰ ਸੰਗੀਤ ਦਾ ਪਸੰਦ ਹੋ ਜਾਣਾ, ਇਹ ਦੂਜੀ ਪ੍ਰਾਪਤੀ ਹੋ ਰਹੇਗੀ। ਫਿਲਮ ਇਹ ਹੁਣ ਤੁਸੀਂ ਦੱਸੋਗੇ ਸ਼ੁੱਕਰਵਾਰ ਨੂੰ ਪਹਿਲਾ ਸ਼ੋਅ ਦੇਖ ਕੇ ਕਿ ਵਾਕਈ ਤੁਹਾਡੇ ਮਿਆਰ 'ਤੇ ਖਰੀ ਉਤਰਦੀ ਹੈ, ਔਰ ਮੈਨੂੰ ਲੱਗਦਾ ਕਿ ਤੁਸੀਂ ਸਵੈਗ ਨਾਲ ਭਰੇ ਨਿਕਲੋਗੇ ਅੰਦਰ। ਫਿਲਮ ਦਾ ਗਾਣਾ ਉਹੀ, ਕਦੇ ਵੀ ਤੁਸੀਂ ਯਾਦ ਰੱਖਿਓ, ਜਿਹੜੇ ਮੇਰੇ ਤੋਂ ਵੱਡੇ ਉਹਨਾਂ ਨੂੰ ਪਤਾ ਹੋਊਗਾ, ਜਿਹੜੇ ਛੋਟੇ ਆ, ਕਿ ਜਦ ਤੱਕ ਫਿਲਮ ਦਾ ਗਾਣਾ ਫਿਲਮ ਨਾਲ ਜੁੜ ਕੇ ਨਹੀਂ ਆਉਂਦਾ, ਉਹ ਫਿਲਮ ਦਾ ਸੰਗੀਤ ਕਦੇ ਵੀ ਹਿੱਟ ਨਹੀਂ ਹੁੰਦਾ। ਜ਼ੋਰ ਲਾ ਲਿਓ, ਆਈਟਮ ਸੌਂਗ ਇੱਕ ਚੱਲ ਸਕਦਾ, ਸਾਰੇ ਗਾਣੇ ਨਹੀਂ ਹਿੱਟ ਹੋ ਸਕਦੇ। ਉਹ ਇੱਕ ਦੌਰ ਚੱਲਿਆ ਸੀ ਬਾਲੀਵੁੱਡ 'ਚ ਕਿ ਇੱਕ ਆਈਟਮ ਸੌਂਗ ਕਰਨਾ ਹੁੰਦਾ ਸੀ ਉਹਨਾਂ ਨੇ, ਜਿਹਦੇ 'ਚ ਕੋਈ ਜਿਹੜੇ ਅੱਛੇ ਆਰਟਿਸਟ ਆ ਉਹਨਾਂ ਨੂੰ ਨਾਲ ਲੈ ਕੇ ਅਤੇ ਇੱਕ ਉਹ ਆਈਟਮ ਸੌਂਗ ਪਰਫੋਰਮ ਕਰਦੇ ਸੀ ਜਸਟ ਫੋਰ ਪ੍ਰੋਮੋਜ, ਉਹ ਫਿਲਮ 'ਚ ਨਹੀਂ ਹੁੰਦਾ। ਉਹ ਇੱਕ ਦੌਰ ਚੱਲਿਆ ਸੀ 15-20 ਸਾਲ ਪਹਿਲਾਂ, ਉਹ ਕਾਫੀ ਚੱਲਿਆ ਸੀ 1995 to 2005-7 ਤੱਕ। ਹੁਣ ਉਹ ਬਾਲੀਵੁੱਡ 'ਚ ਤਾਂ ਹੈਗਾ, ਪਰ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਫਿਲਮ 'ਚ ਨਹੀਂ ਚੱਲ ਸਕਦਾ ਉਹਦਾ ਗਾਣਾ, ਕਿਉਂਕਿ ਆਪਾਂ ਅਜੋਕਾ ਗਾਣਾ ਤਾਂ ਬਣਾ ਨਹੀਂ ਸਕਦੇ ਇਹਦੇ 'ਚ। ਇਹਦੇ 'ਚ ਥੋੜ੍ਹੀਆਂ ਬੰਦਿਸ਼ਾਂ ਹੁੰਦੀਆਂ ਟਾਈਮ ਪੀਰੀਅਡ 'ਚ, ਸਾਨੂੰ ਸਾਜ਼ ਵੀ ਉਸ ਤਰ੍ਹਾਂ ਦੇ ਰੱਖਣੇ ਪੈਣਗੇ ਜੋ ਪੁਰਾਤਨ ਤਾਰ ਵਾਲੇ ਵੱਜਦੇ ਸੀ। ਜਿਹੜੀਆਂ ਸਾਡੇ ਹਾਸ ਰਸ ਚਾਹੇ ਪਹਿਲਾਂ ਨਕਲੀ ਹੁੰਦੇ ਸੀਗੇ, ਇਹ ਤਾਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ, ਕਿਉਂਕਿ ਹਾਸ ਰਸ ਤਾਂ ਪੰਜਾਬੀਆਂ ਨੂੰ ਤਾਂ ਖੂਨ ਦੇ ਵਿੱਚ ਹੀ ਨੱਚਣਾ ਹੁੰਦਾ, ਚਾਹੇ ਉਹ ਆਪਣਾ ਵੱਡੇ ਜਿਹੜੇ ਸੁੱਚੇ ਦਾ ਕਿਰਦਾਰ ਹੋਵੇ ਜਾਂ ਗੁਰਪ੍ਰੀਤ, ਇਹ ਵੀ ਕਿਤੇ ਨਾ ਕਿਤੇ ਤਾਂ ਸਾਡੇ ਨਾਲ ਬੈਠ ਕੇ ਜਾਂ
ਉਹਨਾਂ ਦੇ ਨਾਲ ਮਿਲ ਕੇ ਹੱਸਦੇ ਹਾਂ। ਜਿਹੜਾ ਕਿਰਦਾਰ ਦੀ ਗੱਲ ਕਰਦੇ ਹਾਂ, ਜੁਗਤੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆ ਰਿਹਾ, ਇਹ ਕਿਤੇ ਨਾ ਕਿਤੇ ਜਿੱਥੇ ਥੋੜ੍ਹਾ ਜਿਹਾ ਲੱਗਦਾ ਕਿ ਫਿਲਮ ਕਹਾਣੀ ਹੈ ਜਿਹੜੀ ਜ਼ਿਆਦਾ ਸੀਰੀਅਸ ਮੋਡ ਨੂੰ ਜਾ ਰਹੀ ਹੈ, ਤਾਂ ਕਿਤੇ ਨਾ ਕਿਤੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਹੌਲ ਹਰਾਰਾ ਕਰਨ ਵਾਸਤੇ ਮੇਰੇ ਵਰਗੇ ਕਰੈਕਟਰ ਜਿਹੜੇ ਪਾਏ ਗਏ ਸਾਡੇ ਉਹਨਾਂ ਦਾ ਜ਼ਰੂਰੀ ਹੈ। ਇਹਨਾਂ ਦੇ ਕਿਰਦਾਰਾਂ ਕਰਕੇ ਇਹ ਸਾਰੀ ਗੱਲ ਫੈਲੂਗੀ ਨਾ। ਆਮ ਤੌਰ 'ਤੇ ਜਦੋਂ ਕੋਈ ਕਿਸੇ ਗੱਲ ਦਾ ਤਕਰਾਰ ਜਾਂ ਵਿਚਾਰ ਹੁੰਦਾ, ਉਹ ਤਾਂ ਹੀ ਹੁੰਦਾ ਜੇ ਉਹ ਗੱਲ ਫੈਲਦੀ ਹੈ। ਜਦੋਂ ਪਿੰਡ 'ਚ ਗੱਲ ਫੈਲਦੀ ਹੈ, ਫਿਰ ਉਹ ਇੱਜ਼ਤ ਦਾ ਜਦੋਂ ਬਣ ਜਾਂਦਾ ਸਵਾਲ, ਫਿਰ ਹੀ ਅੱਗੇ ਦਾਸਤਾਨ ਤੁਰਦੀ ਹੈ। ਤੋ ਇਹਨਾਂ ਦੇ ਕਿਰਦਾਰ ਜ਼ਿਆਦਾ ਅਹਿਮ ਹੁੰਦੇ ਹਨ, ਰੈਦਰ ਦੈਨ ਹੀਰੋ ਔਰ ਬਾਕੀਆਂ ਦੇ। ਜਿਹੜੇ ਬਾਕੀ ਕਰੈਕਟਰ ਤਣਦੇ ਆ ਉਹਨੂੰ ਉਹ ਬਹੁਤ ਜ਼ਰੂਰੀ ਹੈ, ਨੇਟਿੰਗ ਜਿਹਨੂੰ ਕਹਿੰਦੇ ਆਪਾਂ। ਜਦੋਂ ਇੱਕ ਐਕਟਰ ਫਿਲਮ ਕਰਦੇ ਹੈ ਕੋਈ ਵੀ ਹੈ, ਜਦੋਂ ਜਦੋਂ ਡਿਸਕਸ਼ਨ ਕੋਈ ਵੀ ਕਰਦੇ ਹਾਂ, ਇਹ ਸੋਚੇ ਵਾਲੀ ਮੈਂ ਅਮਤੋਜ ਨੂੰ ਕਹਿ ਰਿਹਾ ਸੀ ਆਪਾਂ ਇਹ ਲਿਖਣੀਆਂ ਪਹਿਲਾਂ, ਆਪਾਂ ਇਹਦੇ 'ਤੇ ਆਹ ਗਰੁੱਪ ਵੀ ਨਾਲ ਹੁੰਦਾ ਸੀ ਉਹ, ਅਤੇ ਕਹਾਣੀਆਂ ਪਹਿਲਾਂ ਸਾਰਾ ਗੜੀ ਲਿਖੀ ਸੀ ਅਸੀਂ ਨਿੱਜੀ ਤੌਰ 'ਤੇ ਜਦੋਂ ਬੈਠਦੇ ਸੀ। ਉਦੋਂ ਮੈਂ ਦਾੜੀ ਵਧਾਈ ਸੀ, ਵਾਲ ਦੀ ਵਧਾਈ ਸੀ, ਕਿਉਂਕਿ ਉਹ ਸਾਰੇ ਕਰੈਕਟਰ ਉਹਦੇ 'ਚ ਕਾਫੀ ਕਰੈਕਟਰ ਸੀ, ਪਰ ਉਹ ਕਿਉਂਕਿ ਕੁਛ ਕਾਰਨਾਂ ਕਰਕੇ ਲੇਟ ਹੋ ਗਈ। ਫਿਰ ਉਸ ਫਿਲਮ ਦੇ ਤਰਜ਼ 'ਤੇ ਫਿਰ ਬੰਬੇ ਬਣ ਗਈ ਸੀ ਉਹ, ਆਪਣੇ ਮੁੰਡਾ ਅਨੁਰਾਗ ਹੋਰਾਂ ਨੇ ਬਣਾ ਲਈ ਸੀ। ਫਿਰ ਸਾਨੂੰ ਪਰ ਮਿਲ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਜਿਹੜੀ ਸਕ੍ਰਿਪਟ ਅਸੀਂ ਸਾਰ ਬੈਠ ਕੇ ਤਣੀ ਸੀ ਉਹ ਬਹੁਤ ਖੂਬਸੂਰਤ ਸੀ, ਪਰ ਭਵਿੱਖ 'ਚ ਮੇਰੀ ਤਮੰਨਾ ਹੈ ਕਿ ਜ਼ਰੂਰ ਬਣਾਈਏ। ਬਾਬਾ ਜ਼ੋਰਾਵਰ ਸਿੰਘ ਹੋਰਾਂ ਦੀ ਸੀ, ਦਿਲਾਵਰ ਸਾਹਿਬ ਉਹਨਾਂ ਦੇ, ਮਤਲਬ 3-4 ਚੀਜ਼ਾਂ 'ਤੇ ਅਸੀਂ ਵਰਕਆਊਟ ਕੀਤਾ ਸੀ। ਅਤੇ ਇਸ ਕਰਕੇ ਮੈਨੂੰ ਲੱਗਦਾ ਕਿ ਕਈ ਵਾਰੀ ਹੋ ਜਾਂਦਾ ਖੱਬੇ ਸੱਜੇ ਚੀਜ਼ਾਂ, ਪਰ ਇਸ ਫਿਲਮ ਲਈ ਮੈਂ ਜ਼ਿੱਦ ਕਰਦਾ ਸੀ, ਕਿਉਂਕਿ ਜਦੋਂ ਸੁਮਿਤ ਹੋਰੀ 1-2 ਪ੍ਰੋਜੈਕਟ ਹੋਰ ਇਹਨਾਂ ਨੇ ਆਪਣੀ ਕੰਪਨੀ ਵੱਲੋਂ ਸੋਚੇ ਸੀ, ਮੈਂ ਕਿਹਾ ਨਹੀਂ ਨਹੀਂ ਆਹ ਫਿਲਮ ਕਰਨੀ ਆਪਾਂ। ਤੋ ਅਮਤੋਜ ਦੀ ਯਾਰ ਮੇਰੀ ਨਿੱਜੀ ਰਾਏ, ਕਾਫੀ ਚੀਜ਼ਾਂ ਮਿਲ ਜਾਂਦੀਆਂ ਉਹਨੂੰ ਪਤਾ, ਅਸੀਂ ਇੱਕ ਦੂਜੇ ਨੂੰ ਸਮਝਦੇ ਹਾਂ ਇਸ ਗੱਲ ਕਿ ਕਿਹੜਾ ਸਬਜੈਕਟ ਅਸੀਂ ਬਣਾ ਸਕਦੇ ਹਾਂ। ਬਾਕੀ ਮੈਂ ਜ਼ੋਰ ਪੂਰਾ ਲਾ ਰਿਹਾ ਵਾਂ ਹੁਣ ਜਿੰਨਾ ਚਿਰ ਮੈਂ ਇੱਥੇ ਹੈਗਾ ਵਾਂ, ਅਸੀਂ ਸਾਰਾ ਕਿਹੜੀ ਕਰਨੀ ਹੁਣ ਉਹ ਕਰਨੀ ਆ। ਗੁਰਪ੍ਰੀਤ ਦੀਆਂ ਦੋ ਖਾਸੀਅਤਾਂ, ਫਿਲਮ ਦਾ ਲੇਖਕ ਬਣ ਜਾਣਾ ਸੁਭਾਵਿਕ ਹੈ, ਜਾਣੀ ਕੋਈ ਵੀ ਦੇਖੋ ਆਰਟ ਕਿਸੇ 'ਚ ਵੀ ਹੋ ਸਕਦਾ, ਇਹ ਜ਼ਰੂਰੀ ਨਹੀਂ ਕਿ ਬਹੁਤ ਤੁਸੀਂ ਮਤਲਬ ਜੇ ਬਹੁਤਾ ਪੜ੍ਹਿਆ ਹੀ ਲਿਖ ਸਕਦਾ, ਇਹ ਜ਼ਰੂਰੀ ਨਹੀਂ ਹੁੰਦਾ। ਬਟ ਗੁਰਪ੍ਰੀਤ ਦੀ ਇਹ ਖਾਸੀਅਤ ਹੈ ਵੀ ਇਹ ਜਿੱਦਾਂ ਮੈਨੂੰ ਕਿਤਾਬਾਂ ਦਾ ਸ਼ੌਕ ਹੈ, ਗੁਰਪ੍ਰੀਤ ਰਿਸਰਚ ਵਰਕ ਬਹੁਤ ਕਰਦਾ, ਕਿਉਂਕਿ ਇਹਦਾ ਬੇਸਿਕਲੀ ਸਬਜੈਕਟ ਵੀ ਹੈ ਔਰ ਦੂਜੇ ਇਹਨੂੰ ਸ਼ੌਕ ਵੀ ਹੈ। ਸ਼ਾਇਦ ਸਾਡੇ ਨਾਲ ਇਹਦਾ ਪਿਆਰ ਵੀ ਤਾਂ ਹੀ ਬਣਿਆ ਕਿਉਂਕਿ ਇਹ ਇਸ ਕਿਤਾਬਾਂ ਦੀ ਸਮਝ ਰੱਖਦਾ। ਮੇਰੇ ਨਾਲ ਜੇ ਕਿਤੇ ਫੋਨ 'ਤੇ ਗੱਲ ਹੁੰਦੀ ਹੈ ਤਾਂ ਮੈਂ ਅਕਸਰ ਇਹ ਅਸੀਂ ਕਿਤਾਬਾਂ ਦੀ ਜ਼ਰਾ ਕਰਦੇ ਹਾਂ, ਤਾਂ ਮੈਂ ਕਾਫੀ ਵੱਡੀ ਮੈਂ ਆਪਣੇ ਘਰ ਲਾਇਬ੍ਰੇਰੀ ਬਣਾਈ ਹੈ। ਬਟ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਟੂਡੀਓਸ ਸਾਡੇ ਤੋਂ ਜੂਨੀਅਰ ਬੱਚੇ ਹੈ, ਜਿਹਨਾਂ ਕਈ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਸਮਝ ਲੱਗੀਆਂ, ਜਿਹੜੀਆਂ ਚੀਜ਼ਾਂ ਜੋ ਕਈ ਥੀਸਿਸ ਇੱਦਾਂ ਦੇ ਜਿਹੜੇ ਲਿਖੇ ਹੋਏ ਯੂਨੀਵਰਸਿਟੀਆਂ 'ਚ ਪਾਏ ਆ, ਉਹ ਕਿਤਾਬੀ ਰੂਪ ਨਹੀਂ ਆ, ਤਾਂ ਅਸੀਂ ਇਹਦੇ ਨਾਲ ਮੈਂ ਡਿਸਕਸ ਕਰਦਾ ਰਹਿਣਾ ਨਿੱਜੀ ਤੌਰ 'ਤੇ। ਉਹ ਸਾਡਾ ਲਿਟਰੇਚਰ ਜਿਹੜਾ ਸਾਡਾ ਪੰਜਾਬੀ ਇੰਨਾ ਭਰਿਆ ਹੋਇਆ ਨਾ ਜੀ, ਇਹਦੇ 'ਚ ਤਾਂ ਬਹੁਤ ਦਾਸਤਾਨਾਂ ਹੈ ਔਰ ਬਹੁਤ ਦਾਸਤਾਨਾਂ ਜਿਹੜੀਆਂ ਸਾਹਮਣੇ ਨਹੀਂ ਆਈਆਂ। ਆਪਾਂ ਦੇਖੋ ਕਿਸੇ ਇੱਕ ਪਿੰਡ ਨੂੰ ਇੱਕ ਬੰਦੇ ਵੱਲੋਂ ਬਚਾ ਲੈਣਾ, ਵੀ ਉਸ ਵਕਤ ਦੀ ਤਾਂ ਦਲੇਰੀਆਂ ਹੁੰਦੀ ਹੈ ਨਾ, ਹੈ ਨਾ, ਉਹ ਆਮ ਬੰਦਾ ਉਹਨੂੰ ਛੋਟੀ ਕਹਾਣੀ ਲੈਂਦਾ, ਬਟ ਉਹ ਜਦੋਂ ਸਕਰੀਨ 'ਤੇ ਆਊਗੀ ਤਾਂ ਉਹ ਬਹੁਤ ਵੱਡੀ ਹੋ ਜੂਗੀ। ਉਹ ਗੁਰਪ੍ਰੀਤ ਇੰਟੈਲੀਜੈਂਟ ਵੀ, ਇੰਟਲੈਕਚੁਅਲ ਵੀ ਹੈ ਔਰ ਅਦਬੀ ਵੀ ਹੈ।
ਹਾਊ ਟੂ ਰਿਗਾਰਡ ਤੁਸੀਂ ਆ ਸਾਹਮਣੇ ਵਾਲੇ ਆਰਟਿਸਟ ਦਾ ਕਰਨਾ, ਬੜਾ ਕੂਲ ਹੈ ਇਸ ਗੱਲ। ਔਰ ਇਸ ਫਿਲਮ ਦੀ ਜਿਹੜੀ ਰਿਲੀਜ਼ ਹੈ ਜਿਹੜੀ ਪੱਬਾ ਭਰ ਹੋ ਕੇ ਕਰੀਏ, ਇਹ 'ਚ ਚਾਰ ਬੰਦਿਆਂ ਦਾ ਬਹੁਤ ਯੋਗਦਾਨ ਹੈ। ਇਹਦੇ 'ਚ ਗੁਰਪ੍ਰੀਤ ਦਾ ਯੋਗਦਾਨ ਹੈ, ਇਹਦੇ 'ਚ ਮਨੀਸ਼ ਸਾਡਾ ਇੱਥੇ ਭੱਜਦਾ ਹਮੇਸ਼ਾ, ਸ਼ਰਮਾ ਮੇਰਾ ਜਿਗਰੀ ਯਾਰ ਉਹਦਾ ਬਹੁਤ ਯੋਗਦਾਨ ਹੈ, ਇਹਦੇ 'ਚ ਗੁਰੂ ਮੇਰਾ ਛੋਟਾ ਭਰਾ ਰੰਧਾਵਾ ਉਹਦਾ ਬਹੁਤ ਯੋਗਦਾਨ ਹੈ। ਇਹ ਚਾਰ ਪੰਜ ਬੰਦਿਆਂ ਨੇ ਬਹੁਤ ਐਫਰਟ ਕਰਕੇ ਛੇਤੀ ਕਰ ਕਰਕੇ ਮਤਲਬ ਅੱਜ ਆਪਣੇ ਕੋਲੋਂ ਦਿਨ ਆ ਗਿਆ ਕਿ ਆਪਾਂ ਫਿਲਮ ਦਾ ਦਿਨ ਮਿਥ ਲਿਆ ਕਿ ਵੀਹ ਨੂੰ ਆਪਾਂ ਕਰਨੀ। ਜਿਵੇਂ ਇਹ ਸੁੱਚਾ ਸੂਰਮਾ ਅਣਖ ਦੀ ਕਹਾਣੀ ਹੈਗੀ ਹੈ, ਅਣਖ ਨੂੰ ਪੇਸ਼ ਕਰਦੀ ਹੈਗੀ ਹੈ, ਤਾਂ ਜਿਹੜੀ 90 ਤੋਂ ਬਾਅਦ ਵਾਲੀ ਪੀੜ੍ਹੀ ਮੈਨੂੰ ਲੱਗਦਾ ਉਹ ਅਣਖ ਦਾ ਮਤਲਬ ਵੀ ਭੁੱਲਦੀ ਜਾ ਰਹੀ ਹੈਗੀ ਹੈ, ਅਤੇ ਜੇ ਗੁਰਮਾਨ ਜੀ ਨੇ ਐਲਬਰੇਟ ਕਰਨਾ ਹੋਵੇ ਅਣਖ ਦਾ ਮੀਨਿੰਗ ਕੀ ਹੋਊਗਾ? ਦੇਖੋ ਗੈਰਤ ਛੋਟੇ ਵੀਰ ਕਿਆ ਹੁੰਦਾ ਕਿ ਦੇਖੋ ਵਕਤ ਨਾਲ ਬਹੁਤ ਚੀਜ਼ਾਂ ਬਦਲਦੀਆਂ। ਸਭ ਤੋਂ ਜ਼ਰੂਰੀ ਤਾਂ ਹੁੰਦਾ ਕਿ ਰਸੂਲ ਸਾਹਿਬ ਨੇ ਇੱਕ ਵਾਰੀ ਤੁਸੀਂ ਪੜ੍ਹਿਆ ਹੋਣਾ ਜ਼ਰੂਰ ਪੱਕਾ, ਕਿਉਂਕਿ ਤੁਸੀਂ ਇਸ ਰਸੂਲ ਆਮਜਾ ਤੋਂ ਹੋਰਾਂ ਨੂੰ ਜੇ ਨਹੀਂ ਪੜ੍ਹਿਆ ਤਾਂ ਜ਼ਰੂਰ ਪੜ੍ਹਿਓ, ਉਹਨਾਂ ਦੇ ਦੋ ਵੋਲੀਅਮ ਤੁਸੀਂ ਪੜ੍ਹੇ ਹੋਣਗੇ, ਕਿਉਂਕਿ ਉਹ ਹਰ ਬੰਦੇ ਨੇ ਜਿਹੜਾ ਕਿਤਾਬ ਦਾ ਸ਼ੌਕ ਰੱਖਦਾ ਪੜ੍ਹੇ ਹੋਣਗੇ। ਉਹਨਾਂ ਨੇ ਕਿਹਾ ਸੀ ਕਿ ਜੇ ਤੁਸੀਂ ਆਪਣੇ ਅਤੀਤ ਨੂੰ ਭੁੱਲਦੇ ਆ ਨਾ ਤਾਂ ਤੁਹਾਡਾ ਭਵਿੱਖ ਤੁਹਾਨੂੰ ਗੋਲੇ ਨਾਲ ਅੜਾ ਦੂਗਾ। ਸੋ ਇਹ ਜ਼ਿੰਦਗੀ ਰਿਲੇ ਰੇਸ ਆ, ਮੈਂ ਸਾਰਾ ਕੁਛ ਨਹੀਂ ਕਰ ਸਕਦਾ, ਤੁਸੀਂ ਨਹੀਂ ਕਰ ਸਕਦੇ। ਕਵੀਸ਼ਰ ਦਾ ਜਦੋਂ ਕਵੀਸ਼ਰੀਆਂ ਚੱਲਦੀਆਂ ਉਹਦਾ ਕੰਮ ਹੈ ਦਾਸਤਾਨ ਸੁਣਾ ਦੇਣਾ। ਬਹੁਤ ਲਿਟਰੇਚਰ ਜਾਂ ਬਹੁਤ ਸਾਖੀਆਂ, ਕਈ ਬੰਦੇ ਜਿਹੜੇ ਜ਼ਿਆਦਾ ਤਰਕਵਾਦੀ ਆ ਉਹਨਾਂ ਨੂੰ ਮਤਲਬ ਮਿੱਥ ਕਹਿ ਦਿੰਦੇ ਆ, ਪਰ ਮੈਨੂੰ ਲੱਗਦਾ ਕਿ ਜ਼ਿੰਦਗੀ ਜਿਉਣ ਲਈ ਬੱਚੇ ਨੂੰ ਸੁਣਾਉਣ, ਰਾਤ ਨੂੰ ਜਦੋਂ ਸੌਂਦਾ ਨਹੀਂ ਜਾਂ ਬੱਚੇ ਨੂੰ ਆਪਣੇ ਬਜ਼ੁਰਗਾਂ ਦਾ ਗਿਆਨ ਦੇਣ ਲਈ ਜਦੋਂ ਮਾਂ ਕੋਈ ਗੱਲ ਦਿਆ ਦਾਸਤਾਨ ਸੁਣਾਉਂਦੀ ਸੀ, ਉਹ ਮਿੱਥ ਹੀ ਸੁਣਾਉਂਦੀ ਸੀ, ਉਹ ਮਿੱਥ ਵੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ। ਉਹ ਮਿੱਥ ਵੀ ਮਾੜਾ ਨਹੀਂ ਜਿਹੜਾ ਤੁਹਾਨੂੰ ਹੋਪ ਦਿੰਦਾ, ਉਹ ਮਿੱਥ ਵੀ ਚੰਗਾ ਹੈ ਜਿਹੜਾ ਤੁਹਾਨੂੰ ਚੰਗੇ ਰਾਹ ਪਾਉਂਦਾ। ਉਹ ਇਸ ਕਰਕੇ ਮੈਨੂੰ ਲੱਗਦਾ ਵੀ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ, ਅੱਗੇ ਉਹਨਾਂ ਨੇ ਕਿਸ ਤਰ੍ਹਾਂ ਲੈਣਾ ਹੈ ਅੱਗੇ ਉਹਨਾਂ ਦੇ ਹੱਥ 'ਚ। ਔਰ ਇੱਕ ਚੀਜ਼ ਤੁਸੀਂ ਯਾਦ ਰੱਖਿਓ, ਤੁਸੀਂ ਜਿੱਥੇ ਮਰਜ਼ੀ ਚਲ ਜਾਓ ਦੁਨੀਆ 'ਚ, ਅੱਜ ਤੁਸੀਂ ਕੈਨੇਡਾ ਅਮਰੀਕਾ ਚਲ ਜਾਓ, ਜਿਹੜੇ 90 ਜਾਂ 95 'ਚ ਗਏ ਸੀ ਜਿਹਨਾਂ ਦੇ ਬੱਚੇ ਵੱਡੇ ਹੋ ਗਏ, ਉਹ ਹਰ ਤੀਜਾ ਬੰਦਾ ਤੁਹਾਨੂੰ ਵਿਦੇਸ਼ 'ਚ ਕਹੂਗਾ ਯਾਰ ਮੈਂ ਤਾਂ ਪਿੰਡੇ ਜਾਣਾ, ਮੁੜਦਾ ਪਿੰਡ। ਇਸ ਕਰਕੇ ਜਿਹੜੇ ਬੱਚੇ 15 ਤੋਂ 22 ਸਾਲ ਦੇ ਆ ਉਹ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਸਮਾਜਿਕ ਮੀਡੀਆ ਦੇ ਸ਼ਿਕਾਰ ਆ, ਉਹ ਉਸ ਤਰ੍ਹਾਂ ਦੀਆਂ ਖੇਡਾਂ 'ਚ ਮਸਰੂਫ ਆ ਜੇ, ਬਟ ਆਫਟਰ 25 ਜਦੋਂ ਉਹਨਾਂ 'ਚ ਮੈਚਿਓਰਟੀ ਆ ਗਈ ਨਾ, ਜਦੋਂ ਉਹਨਾਂ ਦੀ ਏਜ ਆ ਗਈ ਆਫਟਰ 30 ਫਾਦਰ ਬਣਨ ਦੀ, ਫਿਰ ਦੈਨ ਦਿਲ ਬੈਕ, ਫਿਰ ਇਹ ਦਾਸਤਾਨਾਂ ਜ਼ਰੂਰ ਸੁਣਨਗੇ ਅਤੇ ਸੁਣਾਉਣਗੇ। ਅਕਸਰ ਤੁਸੀਂ ਮੀਡੀਆ 'ਚ ਬੋਲਦੇ ਹੋ ਕਿ ਮੇਰੀ ਗੱਲ ਲੋਕਾਂ ਨੂੰ ਬਾਅਦ 'ਚ ਸਮਝ ਆਉਂਦੀ ਹੈ ਜਾਂ ਮੇਰੇ ਗਾਣੇ ਗਾਏ ਹੋਏ ਲੋਕਾਂ ਨੂੰ ਬਾਅਦ 'ਚ ਸਮਝ ਆਉਂਦੇ ਨੇ, ਤਾਂ ਤੁਹਾਡੀ ਇਹ ਫਿਲਮ ਦੇ ਵਿੱਚ ਕੀ ਇਹੋ ਜਿਹਾ ਹੋਊਗਾ ਜਿਹੜਾ ਮਤਲਬ ਆਪਣੀ ਗੱਲ ਕਹਿਣ ਦੀ ਮਤਲਬ ਅਸੀਂ ਅਸੀਂ ਸਮਝਾਂਗੇ ਕਿ ਅਸੀਂ ਕਾਬਲ ਹੋ ਗਏ ਕਿ ਅਸੀਂ ਅਗਲੀ ਵਾਰੀ ਜੇ ਕੋਈ ਗੱਲ ਕਰੀਏ ਤਾਂ ਅਸੀਂ ਦੱਸ ਸਕਦੇ ਹਾਂ। ਪੁੱਛੋ ਕੁਛ ਆਇਆ ਯਾਰ, ਨਹੀਂ ਨਹੀਂ ਆਪਾਂ ਗੱਲਾਂ ਕਰਦੇ ਹਾਂ ਯਾਰ, ਅਸੀਂ ਸਾਜੇ 6 ਵਜੇ ਦੇ ਉੱਠੇ ਹੋਇਆ ਅਤੇ ਉੱਥੋਂ ਭੱਜ ਕੇ ਅਸੀਂ ਅੱਜ ਦਰਿਆ 'ਚ ਸ਼ੂਟ ਕਰਦੇ ਸੀ ਆਪਣੇ ਕੁਛ ਚੀਜ਼ਾਂ, ਜਿੱਦਾਂ ਸਾਡਾ ਅੱਜ ਆਖਰੀ ਦਿਨ ਸੀ ਉਹ ਸ਼ੂਟਿੰਗ ਦਾ, ਉੱਥੋਂ ਫਿਰ ਸਿੱਧੇ ਹੀ ਬੈਠੀ ਤੁਹਾਡੇ ਕੋਲ ਪਹੁੰਚਿਆ। ਆਈ ਲਵ ਸੁੱਚਾ ਐਂਡ ਸਰਜਣ
ਐਂਡ ਬਲਬੀਰੋ ਜਿਹੜਾ ਕੋਈ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਕਿ ਬਹੁਤ ਮਤਲਬ ਸਹੀ ਡਾਇਲੋਗ ਸੀ ਤੁਸੀਂ ਆਪਣੀ ਪਰਸਨੈਲਿਟੀ ਨੂੰ ਮਤਲਬ ਮੈਚ ਕਰਦੇ ਸੀ ਯਾਰ ਡਾਇਲੋਗ ਸੁਣੋ ਤੁਸੀਂ ਮੂਵੀ 'ਚ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰ ਦਿੰਦਾ ਕਿ ਮੇਰਾ ਫੇਵਰੇਟ ਸੀਨ ਸੀ ਜਿਹੜਾ ਐਜ਼ ਅ ਡਾਇਲੋਗ ਉਹ ਸੀ ਜਦੋਂ ਕੰਫਰੰਟੇਸ਼ਨ ਜਿਹੜਾ ਗੁਰਪ੍ਰੀਤ ਦੱਸਣ ਡਿਆ ਸੀ ਜਦੋਂ ਸੁੱਚਾ ਪਹਿਲੀ ਵਾਰੀ ਵਾਪਸ ਆਉਂਦਾ ਕੰਫਰੰਟ ਕਰਦਾ ਕੁੱਕਰ ਨੂੰ ਉਹ ਜਿਹੜਾ ਸਾਡਾ ਬੜਾ ਇੰਟੈਂਸ ਸੀਨ ਹੈ ਭਾਈ ਦਾ ਅਤੇ ਮੇਰਾ ਵਨ ਆਫ ਮਾਈ ਫੇਵਰੇਟ ਸੀਨ ਸੀ ਤੁਹਾਨੂੰ ਮਜ਼ਾ ਆਊਗਾ ਦੇਖ ਕੇ